ਤਾਂ ਇਹੀ ਕਹਿੰਦੇ ਸੀ ਕਿ ਮੇਰਾ ਕਤਲ ਕਿਉਂ ਕਰਵਾਉਣਾ ਚਾਹੁੰਦੇ। ਉਹਨਾਂ ਨੂੰ ਪਤਾ ਸੀ ਕਿ ਜੇ ਮੈਂ ਇਹਨਾਂ ਦੀ ਨਹੀਂ ਗੱਲ ਸੁਣਾਂਗਾ, ਮੈਂ ਕਿਤੇ ਨਾ ਕਿਤੇ ਪੰਥ ਦੀ ਗੱਲ ਕਰਾਂਗਾ ਤਾਂ ਮੇਰੇ ਨਾਲ ਵੀ ਅਸ਼ਰ ਇਹੋ ਹੀ ਹੋਣਾ। ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਹਰਪ੍ਰੀਤ ਸਿੰਘ ਜਿੰਨਾ ਚਿਰ ਤਾਂ ਜੀ ਹਜ਼ੂਰ ਕਹਿੰਦੇ ਰਹੇ ਉਹਨਾਂ ਚਿਰ ਠੀਕ ਸੀ। ਤੁਸੀਂ ਵੀ ਇਸ ਗੱਲ ਤੇ ਸਹਿਮਤ ਹੋਵੋਗੇ, ਸਰਦਾਰ ਧਾਮੀ ਸਾਹਿਬ ਵੀ ਸਹਿਮਤ ਹੋਣਗੇ, ਜਿਹੜੀ ਉਹਨਾਂ ਗੱਲ ਕਹੀ ਉਹ ਬਿਲਕੁਲ ਝੂਠਾ ਕਿ ਸਵੈ ਇੱਛਾ ਅਨੁਸਾਰ ਉਹਨਾਂ ਨੇ ਸੇਵਾ ਛੱਡੀ ਹੈ। ਇਹ ਸਵੈ ਇੱਛਾ ਅਨੁਸਾਰ ਨਹੀਂ, ਸਵੈ ਇੱਛਾ ਅਨੁਸਾਰ ਛੱਡਣੀ ਹੁੰਦੀ ਸਾਲ ਪਹਿਲਾਂ ਹੀ ਛੱਡ ਦਿੰਦੇ। ਗਿਆਨੀ ਹਰਪ੍ਰੀਤ ਸਿੰਘ ਜੀ ਐਕਟਿੰਗ ਦੀਆਂ ਸੇਵਾਵਾਂ ਖਤਮ ਕਰਨਾ ਚਾਹੁੰਦੇ ਸੀ, ਇੱਕ ਜਗ੍ਹਾ ਤੇ ਚਾਹੁੰਦੇ ਸੀਗੇ। ਗ੍ਰੰਥੀ ਸਿੰਘਾਂ ਦੀ ਘਾਟ ਹੈ, ਇਸ ਕਰਕੇ ਵਧੀਕ ਗ੍ਰੰਥੀ ਸਿੰਘ ਦਾ ਚਾਰਜ ਵੀ ਦਿੱਤਾ ਜਾਂਦਾ ਹੈ। ਸਾਡੇ ਹੱਥ ਕੌਮ ਦਾ ਪ੍ਰਚਾਰ ਕਰਨ ਦਾ ਪ੍ਰਸਾਰ ਦਾ ਜ਼ਿੰਮਾ ਵੀ ਹੈ, ਤੇ ਸਾਡੇ ਕੋਲ ਗ੍ਰੰਥੀ ਸਿੰਘਾਂ ਦੀ ਵੀ ਘਾਟ ਹੋ ਗਈ ਤੇ ਕੌਮ ਦੇ ਲਈ ਕਿੱਡੀ ਸ਼ਰਮ ਦੀ ਗੱਲ। ਕਿੱਡੀ ਕੌਮ ਦੀ ਬਦਕਿਸਮਤੀ ਹੈ ਕਿ ਜਿਸ ਸ਼੍ਰੋਮਣੀ ਕਮੇਟੀ ਨੇ ਪੂਰੇ ਦੇਸ਼ ਵਿਦੇਸ਼ ਦੇ ਅੰਦਰ ਦੂਜੇ ਗੁਰੂ ਘਰਾਂ ਨੂੰ ਵੀ ਗ੍ਰੰਥੀ ਸਿੰਘ ਦੇਣੇ ਸੀ ਜੀ, ਉਹਨਾਂ ਕੋਲੇ ਦਰਬਾਰ ਸਾਹਿਬ ਵਾਸਤੇ ਗ੍ਰੰਥੀ। ਗਿਆਨੀ ਰਘਵੀਰ ਸਿੰਘ ਆ, ਜੇ ਸੱਚਾਈ ਤੁਸੀਂ ਆਫ ਦੀ ਰਿਕਾਰਡ ਪਤਾ ਕਰੋ, ਉਹਨਾਂ ਦੇ ਨੇੜਲਿਆਂ ਨੂੰ ਪਤਾ ਲੱਗਦਾ, ਉਹ ਵੀ ਜਥੇਦਾਰ ਲੱਗ ਕੇ ਰਾਜੀ ਨਹੀਂ ਸੀ। ਉਹਨਾਂ ਨੂੰ ਵੀ ਪਤਾ ਵੀ ਕੱਲ ਨੂੰ ਮੇਰੇ ਨਾਲ ਵੀ ਇਹੀ ਕੁਝ ਹੋਣਾ, ਜਿੰਨਾ ਕੁ ਚਿਰ ਕੋਈ ਨਾ ਕੋਈ ਇਹੋ ਜਿਹਾ ਪੁਆਇੰਟ ਆਉਣਾ ਜਿੱਥੇ ਜਾ ਕੇ ਮੁੜ ਕੇ ਫਿਰ ਜਿਵੇਂ ਮੈਂ ਪਹਿਲਾਂ ਸ਼ਬਦ ਵਰਤੇ ਆ ਕਿ ਟਿਸ਼ੂ ਦੀ ਤਗਾ ਵਰਤ ਕੇ ਪੂੰਝ ਕੇ ਸਿੱਟ ਦੇਣਾ। ਅਸਤੀਫਾ ਤਾਂ ਮੰਗਦੇ ਆ ਕਿ ਪਹਿਲਾਂ ਅਸਤੀਫਾ ਦੇ ਦੇ, ਨਹੀਂ ਅਸਤੀਫਾ ਦੇਣਾ ਤਾਂ ਚੋਣਾਂ ਆ ਜਾਣ, ਚੋਣਾਂ ਆ ਗਈਆਂ ਤੇ ਆਪੇ ਪਤਾ ਲੱਗ ਜੂਗਾ ਇਹਨਾਂ ਨੂੰ ਘਰ ਨੂੰ ਪੰਥ ਪੰਜਾਬ ਤੋਰ ਦੇਵੇਗਾ, ਕਿਉਂਕਿ ਪੰਥ ਇਸ ਵੇਲੇ ਕਮਰ ਕੱਸਾ ਕਰੀ ਬੈਠਾ ਵਾ ਕਿ ਬਾਦਲ ਪਰਿਵਾਰ ਨੂੰ ਘਰ ਤੋਰ ਦੇਣਾ ਵਾ। ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਇੱਕ ਪਰਿਵਾਰ ਦਾ ਕਬਜ਼ਾ ਹੈ, ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਉਸ ਚੁੰਗਲ 'ਚੋਂ ਨਿਕਲਣ ਦੀ ਜ਼ਰੂਰਤ ਹੈ। ਮਤਲਬ ਜੇ ਕਬਜ਼ਾ ਹੈ ਤਾਂ ਇਕੱਲਾ ਪਰਿਵਾਰ ਤਾਂ ਨਹੀਂ ਸਾਰੀ ਕੌਮ ਨੂੰ ਚਲਾ ਸਕਦਾ, ਬਾਕੀ ਕੌਮ ਜਾਂ ਤਾਂ ਖੇਰੂ ਖੇਰੂ ਆ ਜਾਂ ਮਤਲਬ ਉਹਨਾਂ ਦੇ ਕਹਿਣੇ 'ਚ ਹੈ। ਪਹਿਲਾਂ 21 ਸਾਲ ਇਹਨਾਂ ਨੇ ਚੋਣਾਂ ਨਹੀਂ ਹੋਣ ਦਿੱਤੀਆਂ, ਉਸ ਤੋਂ ਬਾਅਦ ਫਿਰ ਹੁਣ ਦੁਬਾਰਾ 21 ਸਾਲ ਬਾਅਦ ਹੋਈਆਂ ਤੇ ਦੁਬਾਰਾ 11 ਸਾਲ ਹੋ ਗਿਆ ਦੁਬਾਰਾ ਚੋਣਾਂ ਨਹੀਂ ਹੋਈਆਂ, 12ਵਾਂ ਸਾਲ ਚੱਲ ਪਿਆ। ਜੇ ਚੋਣਾਂ ਹੋਣਗੀਆਂ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰ, ਇਹ ਜੇ ਵਿਧਾਨ ਸਭਾ ਚ 3 ਗਏ ਆ ਨਾ ਤੇ ਮੈਂ ਇਹ ਕਹਿੰਦਾ -3 ਮਤਲਬ -1 ਜਾਏਗਾ ਇਹ ਸੁਖਬੀਰ ਬਾਦਲ ਦਾ ਜਿਹੜਾ ਦਲ ਹੈ, ਲੋਕ ਤਿਆਰੀ ਕਰੀ ਬੈਠੇ ਆ। ਹੋਣਾ ਤਾਂ ਉਹ ਹੈ ਨਾ ਜੋ ਪਿੱਛੇ ਬੈਠ ਕੇ ਪ੍ਰਧਾਨ ਕਰ ਰਿਹਾ ਨਵਜੋਤ ਜੀ, ਜਿੰਨਾ ਚਿਰ ਅਸੀਂ ਧਰਮ ਦਾ ਕੁੰਡਾ ਸਿਆਸਤ ਦੇ ਉੱਤੇ ਨਹੀਂ ਕਰਦੇ ਉਨਾ ਚਿਰ ਇਹੋ ਕੁਝ ਹੀ ਹੁੰਦਾ ਰਹੇਗਾ। ਪਰਿਵਾਰ ਕਾਬਜ਼ ਹੈ, ਜਿਹੜਾ ਦਲ ਕਾਬਜ਼ ਹੈ, ਉਹਨਾਂ ਨੇ ਆਪਣੇ ਹੱਥ ਚੋਂ ਬਾਗਡੋਰ ਨੂੰ ਬਾਹਰ ਨਹੀਂ ਜਾਣ ਦੇਣਾ ਚਾਹੁੰਦੇ, ਉਹ ਨਹੀਂ ਚਾਹੁੰਦੇ ਕਿ ਤਖ਼ਤ ਆਜ਼ਾਦ ਹੋਵੇ, ਤਖ਼ਤਾਂ ਦੇ ਜਥੇਦਾਰ ਆਜ਼ਾਦ ਹੋਣ। ਕੌਮ ਦੀ ਪੰਥ ਦੀ ਕਦੇ ਚੜ੍ਹਾਈ ਇਸ ਕਦਰ ਹੁੰਦੀ ਸੀ? ਮੁਲਕ ਦੇ ਪ੍ਰਧਾਨ ਮੰਤਰੀ ਕੋਈ ਮੁਲਕ ਹਿੱਤ ਜਾਂ ਕੋਈ ਕਿਸੇ ਤਰੀਕੇ ਦਾ ਫੈਸਲਾ ਲੈਣ ਤੋਂ ਪਹਿਲਾਂ ਜਥੇਦਾਰ ਸਾਹਿਬ ਦੇ ਨਾਲ ਜ਼ਰੂਰ ਉਸ ਨੂੰ ਵਿਚਾਰਦੇ ਸੀਗੇ। ਅੱਜ ਕੀ ਉਹ ਰੁਤਬਾ ਕੌਮ ਦੇ ਕੋਲ ਹੈ? ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸੁਜੈਸ਼ਨ ਦਿੱਤਾ ਸੀ, ਤਾਕੀਦ ਕੀਤੀ ਸੀ, ਸਮਝਾਇਆ ਸੀ, ਇਸ਼ਾਰਾ ਕੀਤਾ ਸੀ ਕਿ ਇਹ ਸਰਮਾਏਦਾਰਾਂ ਦੀ ਪਾਰਟੀ ਨਹੀਂ ਹੈ, ਇਹ ਕਿਰਤੀਆਂ ਦੀ ਮਿਹਨਤਕਸ਼ ਲੋਕਾਂ ਦੀ ਪਾਰਟੀ ਹੈ। ਅਕਾਲੀ ਦਲ ਨੇ ਉਸ ਬਾਰੇ ਕੋਈ ਸੋਚਿਆ? ਜਿੰਨਾ ਚਿਰ ਸਿਆਸਤ ਭਾਰੂ ਰਹੇਗੀ ਧਰਮ ਦੇ ਉੱਤੇ, ਓਨੀ ਦੇਰ ਮੈਨੂੰ ਨਹੀਂ ਲੱਗਦਾ ਗਾ ਕਿ ਨਵਜੋਤ ਸਿੰਘ ਜੀ ਪੰਥ ਦੇ ਲਈ ਸਭ ਕੁਝ ਅੱਛਾ ਹੋਏਗਾ। ਜਿੰਨਾ ਚਿਰ ਸਰਦਾਰ ਸੁਖਬੀਰ ਸਿੰਘ ਬਾਦਲ ਐਂਡ ਪਾਰਟੀ ਅਸਤੀਫਾ ਦੇ ਕੇ ਪਾਸੇ ਨਹੀਂ ਹੁੰਦੀ, ਓਨਾ ਚਿਰ ਇਹ ਕੁਝ ਨਹੀਂ ਹੋ ਸਕੇਗਾ ਨਵਜੋਤ ਜੀ, ਓਨੀ ਦੇਰ ਏਦਾਂ ਹੀ ਰਹੇਗਾ। ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿ ਜਥੇਦਾਰ ਸਾਹਿਬ ਨੇ ਅਸਤੀਫਾ ਕਿਉਂ ਦਿੱਤਾ, ਕਿਉਂਕਿ ਗੱਲ ਇਹ ਕਹੀ ਗਈ ਹੈ ਕਿ ਜਥੇਦਾਰ ਸਾਹਿਬ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ, ਉਹਨਾਂ ਨੂੰ ਵਾਧੂ ਚਾਰਜ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਦਿੱਤਾ ਗਿਆ ਸੀ। ਉਹ ਕਹਿੰਦੇ ਆ ਕਿ ਮੈਂ ਬਹੁਤ ਲੰਮਾ ਸਮਾਂ ਸੇਵਾ ਕਰ ਲਈ ਹੈ ਤੇ ਹੁਣ ਸੇਵਾ ਨਹੀਂ ਕਰਨਾ ਹੀ ਜਿਹੜਾ ਹੈ ਕਿਸੇ ਹੋਰ ਨੂੰ ਇਹ ਸੇਵਾ ਦਿੱਤੀ ਜਾਵੇ। ਹਾਲਾਂਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਉਹ ਜਥੇਦਾਰ ਰਹਿਣਗੇ, ਪਰ ਕੀ ਲਿਖਤੀ ਤੌਰ ਤੇ ਅਸਤੀਫਾ ਦਿੱਤਾ ਗਿਆ ਜਾਂ ਕਿਸੇ ਖੁੱਲੇ ਮੰਚ ਤੋਂ ਗੱਲ ਕੀਤੀ ਗਈ? ਕਿਉਂਕਿ ਜਥੇਦਾਰ ਉਹ ਕੌਮ ਦੇ ਹੈ, ਕੌਮ ਦਾ ਕੋਈ ਮਸਲਾ, ਕੌਮ ਦੀ ਕੋਈ ਗੱਲ ਕੌਮ ਨਾਲ ਬਿਨਾਂ ਸਾਂਝੀ ਕੀਤਿਆਂ ਜਾਂ ਕੌਮ ਨੇ ਉਸ ਨੂੰ ਪ੍ਰਵਾਨ ਕੀਤਾ ਜਾਂ ਨਹੀਂ ਕੀਤਾ, ਤੇ ਇਹ
विधि विधान के उत्ते बहुत तरह के सवाल उठ रहे हैं कि आखिर यह किस तरीके दे नाल हुंदा है कि जदों चाहो तो जथेदार साहब की नियुक्ति कर दो, जदों चाहो तो उन्हां दीआं सेवावां समाप्त कर दिओ। भावें कि यह गल कहिंदे होए श्रोमणी गुरद्वारा प्रबंधक कमेटी के प्रधान हरजिंदर सिंह धामी होरां ने विशेष तौर पर अपनी तकरीर च आख्या ताकीद की कि यह लफ्ज़ किते ना वरत्यो कि उन्हां दी छुट्टी कर दित्ती गई, उन्हां नूं ला दित्ता गया, बिल्कुल नहीं वरतना चाहिए, असीं इस गल नाल सहमत हाँ। पर असीं यह भी सवाल चकते हैं कि अंदर खाते इस तरह नाल होना भी नहीं चाहिए। जथेदार साहब दीआं पिछलियां तकरीरां चाहे वह विसाखी मौके की तकरीर सी जां अमृतपाल होरां दे जिहड़े वहीर प्रोग्राम अगे तोरन की गल भी उन्होंने की सी, सिख नूं शस्त्रधारी होण दा भी बयान उन्होंने वल्लों दिता गया सी, जदों उन्होंने भी कहा सीगा कि इंसाफ मंगना बंद करिए, हालांकि उहदे कई महीने कढे गए, राजवाणा होरां दी भी जेल चों चिट्ठी आई, पर गल इह है कि उहदे उहदा उह किस कॉन्टेक्सट दे विच बयान दिता गया, इदां दे बहुत सारे बयान दिते गए। उस तो बाद जिहड़ी सब तो वड्डी गल है जिहड़ी कि शायद किते ना किते चुभी होगी, एक एक सदी का इतिहास लैके बैठी उस पार्टी नूं जदों कहा गया कि यह सरमाएदारां दी पार्टी नहीं, किरतियां मेहनतकश लोगों की पार्टी है जिहड़े खून पसीना वहा के मेहनत करके लोगों के हक पहला महफूज करा के फिर जिहड़ा है अपने हक हकूक की गल करते हैं, तो वो पार्टी नहीं सीगी कोई सेठां बाबूआं दी। उदों बाद यह सुनेहा मिलता है कि जथेदार साहब हुण जिहड़ी ये जथेदारी की सेवा होर अगे नहीं करना चाहते, आउंदे दिनां च इंकशाफ हो जाएगा, पर अज इत्थे भी तुहानूं दस्सांगे जथेदार साहब ने इस्तीफा दिता जां लिया गया। सो इस दौरान जो नवें जथेदार साहब बने हैं श्री अकाल तख्त साहब दे रघुबीर सिंह जी, वह की कहिंदे आ जथेदार साहब दा अहुदा संभण तो बाद एक बार वह सुन लैंदे आ। श्री अकाल तख्त साहब दे मुख सेवादार की जिहड़ी सेवा चोली विच पाई है वह गुरु चरणा विच अरदास है, मत्था टेक के गुरु चरणा विच यही अरदास कर रही है कि सतगुरु जी तेरा कीता जातो नाही मैनू योग कीतोई, कि सतगुरु कृपा करके आप ही सानू इस योग कर लो कि असीं ये जिहड़ियां सेवावां ने ये निभा सकी। सो गल करदा सिख विधि विधान की कि आखिर यह फार्मूला किवें अपलाई हुंदा है, जिहड़ी कमेटी की चोण ही लंबे समय तो नहीं आई वह कमेटी किवें चुन सकती है, कमेटी के प्रधान की कह रहे उन्होंने भी सुन लैने। सो कौम के चरणा च भी बेनती करदा कि यह लौणा शब्द ना वरतियो किते भी, बिल्कुल भी अकाल तख्त के जथेदार तो सिंह साहब ज्ञानी हरप्रीत सिंह नूं लाया, यह निम्रता सहित बेनती आ, कोई लाउण का नहीं मसला, लाने वाली गल कोई नहीं, अपनी स्वै इच्छा ना, क्योंकि एडिशनल चार्ज थी कई बार आप फिर टिल्ट कर जाने उन्होंने खूब मसाला नाल लगता, कोई नहीं, ये तख्त श्री अकाल तख्त साहब की उन्हें जिनी चेर भी सेवा की आंतर कमेटी उन्होंने इन्होंने सेवावान की भरपूर शलांघा भी करती है। साडा इस चर्चा च सवाल यह भी रहेगा कि जदों तुसी लाया ही नहीं तो लाउण दा सवाल पैदा नहीं हुंदा ते ए तुसी आप ही क्यों क्ल्यू दे दिता कि वाकया ही इस तरीके नाल होया जा नहीं, इसनू चर्चा दे विच जोड़ांगे, पर पंथक इकाइयां दी इस उत्ते आए रद्दे अमल नू भी तुहाडे नाल सांझा करांगे। मैं समझदा वां कि साडा किसे व्यक्ति विशेष नाल कोई गल नहीं हैगी, लेकिन ये सिस्टम ऑफ अपॉइंटमेंट जिहड़ा जथेदार साहब का ये कई वरिया तो कंट्रोवर्सी दे विच है, और ये देखिए कि ये विम्स एंड फैंसीज जदों किसी का जी करे किसी नूं बना दिओ किसी नूं सूट करदा ते ना करो, मैं समझदा कि ये पोलीटिकल फैसले नहीं होने चाहिए, और जथेदार अकाल तख्त साहब नूं कोई अपने कब्जे च रखे मैं समझदा यह गलत है, ये खुद मुख्तियार होने चाहिए ने, आजाद हस्ती होनी चाहिए है, कौम नूं दिशा निर्देश या मौके दे उत्ते फैसले तां जो ठीक हो सके, जे माड़ा मोटा भी ज्यादा किते खिलाफ बोल जे ते उन्हें हटा दिता, हूँ थोड़ा थोड़ा बोलन लगे सी, उन्हें कहा जी अकाली दल कट्ठे हो जाओ ते उन्हें बदल दिता, साड़ी भी यही है कि वह कट्ठे हो अकाली दल लोग चाहते भी सुखबीर प्रधान की तो अस्तीफा दे श्रोमणी अकाली दल कट्ठा हो, नहीं वो तो सजा दी गई है तो क्योंकि उसकी अपनी बोली उन्होंने अपनी बोली बोलने हट गया, इस करके उन्होंने थोड़ा बहुत एतराज होया कि उन्हें एकता लिए क्यों कह दिता। उन्होंने जिस तरह लाया गया ये मंदभागा निंदन योग है, ये प्रथा जिहड़ी है ये चंगी नहीं, ये साबित कर दिता गया कि अकाल तख्त का जथेदार केवल श्रोमणी गुरुद्वारा प्रबंधक कमेटी का मुलाजम बन के ही रह सकता,
जे वह श्रोमणी कमेटी का मुलाजम नहीं बनेगा अपनी इंडिपेंडेंसी विचारधारा मतलब प्रगट करन दा जतन करेगा तां ना श्रोमणी कमेटी ते ना अकाली दल दी लीडरशिप उहनू प्रवान करेगी। मैं जथेदार ज्ञानी रघबीर सिंह नूं वधाई दिंदा हां अते आस करदा हां कि आने वाले समय दे विच उह पंथ नूं बहुत चंगी ते सुचजी अगवाई देणगे। जिहड़े लोकी एक किंतू परंतु कर रहे सन कि अकाल तख्त दे जथेदार साहब नूं आरजी तौर ते क्यों लगाया गया, स्थाई क्यों लगाया गया, अज ज्ञानी रघबीर सिंह जी की जथेदार तौर पर पक्की नियुक्ति का जी हुई है उसने मैं उन्होंने सारे मैसेज मूह बंद हो जाएंगे। मेहमाना नाल जान पछाण करवाउंदा होया उन्हां दा इस्तकबाल करांगे ते उन्हां नाल इस विषय दे उत्ते गलबात करांगे। साढ़े नाल जथेदार बलजीत सिंह दादूवाल साहब ने जीओ आई नूं जनाब, साढ़े नाल श्रोमणी अकाली दल तो करनैल सिंह पीर मुहम्मद साहब ने तुहाडा स्वागत है पीर मुहम्मद जी। धन्यवाद जी। दविंदर सिंह सोढ़ी साहब प्रधान यूथ अकाली दल संयुक्त, तुहाडा भी इस चर्चा दे विच स्वागत है। दादूवाल साहब मैं सब तो पहला इस गल बारे तुहाडे तो पुछना चाहूँगा, हालांकि तुहानू बहुत तरह के सवेर तो सवाल जवाब होए होणगे वक्खो वक्खरे माध्यम तो तुसी गलबात भी की होगी, दोहराद विच ना मैं जाना चाहूँगा तो ना ही तुसी जाओगे। गल यह है कि जिहड़े विधि विधान की गल हो रही है करन आले भी ते करवाउण वाले भी विधि विधान का वार वार जिक्र कर रहे हैं, वो विधि विधान है की है, होना किस तरीके नाल चाहिए ते हो किवें रहा ते हो किवें नहीं रहा इहदा भी जिक्र करो। तो एक गल बड़ी खास जिहड़ी कि बहुत सारे आगुओं ने कही, शायद किसी ने नोट ना की होवे कि असीं उम्मीद करते हैं कि वह योग अगवाई करनगे, की पहलां वाले योग नहीं सी कर रहे? देखो धालीवाल साहब जिन्हें भी स्रोते सुन रहे ने सारे जानकारी रखते हैं तो सारे पंथ दर्दी जेडे इस गल तो चिंतित है कि पिछले लंबे समय तो जी कौम मंग है वह पूरी नहीं हो रही कि जथेदार लगा हटा का विधि विधान हो सर्वप्रवान जो मौजूदा सिस्टम सिस्टम के खिलाफ हाँ। जथेदार अकाल तख्त साहब का इस पंथ में वड्डा रुतबा वा कि असी नतमस्तक हाँ जी। जथेदार नाल व्यक्तिगत तौर पर साडा कोई विरोध नहीं, ना ज्ञानी हरप्रीत सिंह होना ना रघबीर सिंह होना ना असीं स्वागत करदे आ सत्कार करदे आ, गुरसिख ने विद्वान ने पर जिहड़े विधि विधान की गल ही बन सकता जदों साडा जिथे विधि विधान प्रवान होना श्री अकाल तख्त साहब वह एक सियासी परिवार के कब्जे तो मुक्त होगा। विधि विधान कई तरह के सामने आउंदे आ पंथ दे विच, मेरे कोल भी आ विधि विधान आ तुहाडे सामने है पंथ के विद्वान के वालों लिखा होया कि अपना जथेदार साहबाना की पदवी चोन कार्य क्षेत्र विद्वान भाई हरसिमरन सिंह ने डायरेक्टर ने भाई गुरदास इंस्टीट्यूट ऑफ एडवांस सिख स्टडीज के श्री आनंदपुर साहब जिन्होंने बहुत किताबा भी लिखिया इन्होंने कई बार तखत साहबाना तो पंथ वालों सम्मान भी दिता गया जी। पर मैं फिर भी कहना भी जे ए कोई कमिया पेशिया ने जेड़ा ये लिखा होया जिहड़े होर विद्वान इंटलैक्चुअल ने सिख संपरदावां टकसालां दे मुखी ने गुरद्वारा प्रबंधक कमेटियां दे विद्वान ने उन्हां नूं बिठा के अकाल तख्त साहब ते उह फाइनल कर लिया जावे ते उहनूं लागू कीता जावे अकाल तख्त साहब तों। लागू तां नहीं हो सकिया कि जिहड़ा परिवार काबज है जिहड़ा दल काबज है उन्हां ने अपने हाथ चों वागडोर नूं बाहर नहीं जाण देना चाहुंदे, उह नहीं चाहुंदे कि तख्त आजाद होवे, तख्तां दे जथेदार आजाद होण, ये संस्थावां आजाद होण, वो अपनी गिरफ्त च रखना चाहुंदे आ, जिस कारण करके कोई जथेदार लाया जावे उहदी कोई खुशी नहीं मनाउंदा, कोई हटाया जावे उहदा कोई गम नहीं मनाउंदा, इह आया राम गया राम वाली गल चलदी रहिंदी है। जथेदार साहब जिहड़ा सब तो पहला प्रतिकर्म ज्ञानी हरप्रीत सिंह जी का आउंदा उहदे विच जिथे वो शुकर करदे आ शुकराना करदे आ उत्थे कहिंदे आ कि पातशाह जी मेहर करो ते पत बख्शना, इहदा मतलब की समझदे हो? देखो ये जो शुगर आली गल समझिए तो मैं समझदा वो ये समझते हो गए गुलामी तो छुटकारा हो गया, जिहड़ी गुलामी दबा चो गुजरना पै रहा सी उहनां नूं, क्योंकि हुण जे ज्ञानी रघबीर सिंह जे सच्चाई तुसी ऑफ दी रिकॉर्ड पता करो उहनां दे नेड़लिआं तों पता लगदा वह भी जथेदार लग के राजी नहीं सी, उहनां नूं भी पता भी कल नूं मेरे नाल भी यही कुछ होना। वह दरबार साहब दे हैड ग्रंथी की सेवा करन वधे इच्छुक सी, जथेदार अकाल तखत दी नहीं। जिस तरह जथेदार हटाया भी जबरदस्ती गया लगाया भी जबरदस्ती गया वा उन्होंने भी पता वा साल नहीं छे महीने नहीं साल
ਜਿੰਨਾ ਕੁ ਚਿਰ ਕੋਈ ਨਾ ਕੋਈ ਇਹੋ ਜਿਹਾ ਪੁਆਇੰਟ ਆਉਣਾ ਜਿੱਥੇ ਜਾ ਕੇ ਮੁੜ ਕੇ ਫਿਰ ਜਿਵੇਂ ਮੈਂ ਪਹਿਲਾਂ ਸ਼ਬਦ ਵਰਤੇ ਆ ਕਿ ਟਿਸ਼ੂ ਦੀ ਤਗਾ ਵਰਤ ਕੇ ਪੂੰਝ ਕੇ ਸਿੱਟ ਦੇਣਾ ਏਡੇ ਸਤਿਕਾਰਤ ਰੁਤਬੇ ਐਡੀਆਂ ਸਤਿਕਾਰਤ ਸ਼ਖਸੀਅਤਾਂ ਨੇ ਬਿਲਕੁਲ ਉਹਨਾਂ ਨਾਲ ਵਰਤਾਓ ਕੀ ਹੁੰਦਾ ਹੈ ਵਰਤਾਓ ਦੁਖਦਾਈ ਉਹ ਕਿਸੇ ਜਥੇਦਾਰ ਨਾਲ ਹੋਵੇ ਸਾਡੀ ਜਾਤੀ ਕਿਸੇ ਨਾਲ ਕੋਈ ਵਿਰੋਧ ਨਹੀਂ ਅਸੀਂ ਸਤਿਕਾਰ ਕਰਦੇ ਸਭ ਦਾ ਪਰ ਜਿਹੜਾ ਉਹਨਾਂ ਨਾਲ ਵਰਤਾਰਾ ਵਰਤਿਆ ਜਾਂਦਾ ਨਾ ਅਸੀਂ ਉਸ ਸਿਸਟਮ ਨੂੰ ਚੇਂਜ ਕਰਨ ਕੇ ਵਿਧੀ ਵਿਧਾਨ ਹੋਵੇ ਸਿਸਟਮ ਚੇਂਜ ਹੋਵੇ ਜਿਹੜਾ ਠੀਕ ਹੈ ਪੀਰ ਮੁਹੰਮਦ ਜੀ ਤੁਸੀਂ ਗੱਲ ਸੁਣੀ ਹੈ ਕਿ ਬਦਲਾਅ ਹੋਣਾ ਚਾਹੀਦਾ ਸਿਸਟਮ ਚੇਂਜ ਹੋਣਾ ਚਾਹੀਦਾ ਨਾ ਕਿ ਇਹ ਕਿ ਆਪਣੇ ਹਿੱਤ ਲਈ ਵਰਤੋ ਅਤੇ ਉਹ ਯੂਜ਼ ਐਂਡ ਥਰੋ ਇਟ ਵਾਲਾ ਫਾਰਮੂਲਾ ਇੱਥੇ ਲਾਗੂ ਨਹੀਂ ਹੋਣਾ ਚਾਹੀਦਾ ਇੱਕ ਸਮਾਂ ਸੀ ਤੁਹਾਨੂੰ ਯਾਦ ਹੋਊਗਾ ਪੀਰ ਮੁਹੰਮਦ ਜੀ ਤੁਸੀਂ ਸਾਰੇ ਹੀ ਜ਼ਹੀਨ ਚਿਹਰੇ ਹੋ ਮੇਰੇ ਉਮਰ ਤੋਂ ਵੱਧ ਤੁਸੀਂ ਤਜ਼ਰਬਾ ਹਾਸਲ ਰੱਖਦੇ ਹੋ ਕੌਮ ਦੀ ਪੰਥ ਦੀ ਕਦੇ ਚੜ੍ਹਾਈ ਇਸ ਕਦਰ ਹੁੰਦੀ ਸੀ ਮੁਲਕ ਦੇ ਪ੍ਰਧਾਨ ਮੰਤਰੀ ਕੋਈ ਮੁਲਕ ਹਿੱਤ ਜਾਂ ਕੋਈ ਕਿਸੇ ਤਰੀਕੇ ਦਾ ਫੈਸਲਾ ਲੈਣ ਤੋਂ ਪਹਿਲਾਂ ਜਥੇਦਾਰ ਸਾਹਿਬ ਦੇ ਨਾਲ ਜ਼ਰੂਰ ਉਸ ਨੂੰ ਵਿਚਾਰਦੇ ਸੀਗੇ ਅੱਜ ਕੀ ਉਹ ਰੁਤਬਾ ਕੌਮ ਦੇ ਕੋਲ ਹੈ ਜਾਂ ਕੌਮ ਉਹ ਰੁਤਬਾ ਗਵਾ ਚੁੱਕੀ ਹੈ ਜੇ ਗਵਾ ਚੁੱਕੀ ਹੈ ਤੇ ਜੋ ਜਥੇਦਾਰ ਸਾਹਿਬ ਨੇ ਕਿਹਾ ਉਹ ਗੱਲ ਪੱਕੀ ਹੈ ਉਸੇ ਕਰਕੇ ਹੀ ਅਸੀਂ ਇਹ ਚੀਜ਼ਾਂ ਤੋਂ ਪਿੱਛੇ ਹਟ ਗਏ ਹਾਂ ਮੈਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਨਵ ਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਿਨ੍ਹਾਂ ਨੂੰ ਕ੍ਰਮਵਾਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਜ਼ਿੰਮੇਵਾਰੀ ਮਿਲੀ ਹੈ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਤੇ ਆਸ ਕਰਦੇ ਹਾਂ ਕਿ ਉਹਨਾਂ ਨੇ ਪਹਿਲਾਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦੋਨਾਂ ਨੇ ਬਹੁਤ ਹੀ ਤਨਦੇਹੀ ਦੇ ਨਾਲ ਸੇਵਾਵਾਂ ਨਿਭਾਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸੇਵਾਵਾਂ ਉਹ ਬੜੀ ਚੜ੍ਹਦੀ ਕਲਾ ਦੇ ਨਾਲ ਨਿਭਾਉਣਗੇ ਇਹ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਉਹਨਾਂ ਦੀਆਂ ਸੇਵਾਵਾਂ ਵੀ ਬੇਹੱਦ ਸ਼ਲਾਘਾਯੋਗ ਰਹੀਆਂ ਨੇ ਤੇ ਉਹਨਾਂ ਨੇ ਆਪਣੀ ਸਵੇ ਇੱਛਾ ਦੇ ਨਾਲ ਜਿਸ ਦਿਨ ਉਹਨਾਂ ਨੇ ਜਾਣਾ ਸੀ ਉਸ ਦਿਨ ਵੀ ਸਾਡੀ ਮੀਟਿੰਗ ਹੋਈ ਸੀ 9 ਤਰੀਕ ਨੂੰ ਉਦਣ ਵੀ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਮੈਂ ਬਹੁਤ ਜਲਦੀ ਜਿਹੜਾ ਜਥੇਦਾਰ ਐਕਟਿੰਗ ਜਥੇਦਾਰ ਵਜੋਂ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਵਾਪਸ ਕਰਨੀਆਂ ਚਾਹੁੰਦਾ ਪੰਥ ਨੂੰ ਕਿਉਂਕਿ ਇਹ ਜਿਹੜੀਆਂ ਸੇਵਾਵਾਂ ਨੇ ਆਪਣੇ ਐਕਟਿੰਗ ਤੌਰ ਦੇ ਉੱਤੇ ਮੈਂ ਲੰਮਾ ਸਮਾਂ ਹੋ ਗਿਆ ਸੋ ਇਹ ਉਹਨਾਂ ਦੀ ਆਪਣੀ ਇੱਕ ਇੱਛਾ ਸੀ ਇਕੱਲਾ ਮੇਰੇ ਕੋਲ ਨਹੀਂ ਉਹਨਾਂ ਨੇ ਬਹੁਤ ਜਥੇਦਾਰ ਆਪਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਔਰ ਬਹੁਤ ਸਾਰੀਆਂ ਹੋਰ ਸ਼ਖਸੀਅਤਾਂ ਦੇ ਨਾਲ ਵੀ ਉਹਨਾਂ ਨੇ ਵਿਚਾਰ ਵਟਾਂਦਰਾ ਇਸ ਤਰ੍ਹਾਂ ਦਾ ਅਕਸਰ ਉਹ ਕਰਦੇ ਰਹਿੰਦੇ ਆ ਸੋ ਅੱਜ ਜਿਹੜੀ ਇਹ ਨਿਯੁਕਤੀ ਹੋਈ ਹੈ ਇਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਮੁੱਚੀ ਐਗਜੈਕਟਿਵ ਨੇ ਬੜੇ ਹੀ ਸੁਲਝੇ ਹੋਏ ਤਰੀਕੇ ਦੇ ਨਾਲ ਇਹ ਨਿਯੁਕਤੀਆਂ ਨੂੰ ਜਿਹੜਾ ਉਹਨਾਂ ਨੇ ਪ੍ਰਵਾਨਗੀ ਦਿੱਤੀ ਹੈ ਔਰ ਉਸ ਦੇ ਵਿੱਚ ਦੇਖੋ ਵਿਧੀ ਵਿਧਾਨ ਤਾਂ ਇਹ ਆਪਣੇ ਵਿੱਚ ਹੀ ਹੈ ਸ਼ੁਰੂ ਤੋਂ ਹੀ ਜਥੇਦਾਰ ਜਿਹੜੇ ਪੁਆਇੰਟ ਕਰਦੀ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਕਰਦੀ ਰਹੀ ਹੈ ਇਹ ਕੋਈ ਅੱਜ ਨਵਾਂ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਜਥੇਦਾਰ ਸਾਹਿਬ ਜਿੰਨੇ ਵੀ ਨਿਯੁਕਤ ਹੁੰਦੇ ਰਹੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਕਮੇਟੀ ਜਿਹੜੀ ਹੈ ਸਵਾਲ ਹੈ ਗੱਲ ਇਹ ਹੈ ਕਿ ਤੁਸੀਂ ਇਹ ਗੱਲ ਦਾ ਜ਼ਿਕਰ ਕਰਤਾ ਕਿ ਜਥੇਦਾਰ ਸਾਹਿਬ ਨੇ ਕਈ ਥਾਵਾਂ ਤੇ ਜ਼ਿਕਰ ਕੀਤਾ ਇਨਕਲੂਡ ਹਰਜਿੰਦਰ ਧਾਮੀ ਤੁਹਾਡੇ ਸਾਰੇ ਹੋਰ ਕਈ ਆਗੂਆਂ ਸਾਹਿਬਾਨ ਦੇ ਅੱਗੇ ਕਿ ਮੈਂ ਹੁਣ ਇਸ ਜ਼ਿੰਮੇਵਾਰੀ ਤੋਂ ਫਾਰਗ ਹੋਣਾ ਚਾਹੁੰਦਾ ਅੱਗੋਂ ਤੁਸੀਂ ਲੋਕਾਂ ਨੇ ਕੀ ਸੁਝਾਅ ਦਿੱਤੇ ਕਿਸੇ ਨੇ ਇਹ ਨਹੀਂ ਕਿਹਾ ਕਿ ਤੁਸੀਂ ਯੋਗ ਅਗਵਾਈ ਕਰ ਰਹੇ ਹੋ ਤੁਸੀਂ ਕਰਦੇ ਰਹੋ ਦੇਖੋ ਜੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਦੇਖੋ ਸਿੰਘ ਸਾਹਿਬ ਜੀ ਤੁਸੀਂ ਬਹੁਤ ਵਧੀਆ ਤਕਰੀਰ ਦਿੰਦੇ ਹੋ ਤੁਸੀਂ ਭਾਸ਼ਣ ਬਹੁਤ ਵਧੀਆ ਦਿੰਦੇ ਹੋ ਪਰ ਉਹਨੂੰ ਇੰਪਲੀਮੈਂਟ ਕਰਨਾ ਵੀ ਆਪਣਾ ਫਰਜ਼ ਬਣਦਾ ਕਿਉਂਕਿ ਆਪਾਂ ਜਦੋਂ ਕੌਮ ਨੂੰ ਕੋਈ ਸੁਨੇਹਾ ਦਿੰਦੇ ਹਾਂ ਔਰ ਉਸ ਨੂੰ ਲਾਗੂ ਕਰਨਾ ਤੇ ਉਹਨਾਂ ਨੇ ਇਹੋ ਗੱਲ ਕਹੀ ਕਿ ਇਸ ਵੇਲੇ ਕੌਮ ਦੇ ਹਾਲਾਤ ਇਹ ਨੇ ਕਿ ਕਈ ਥਾਵਾਂ ਦੇ ਉੱਤੇ ਜਥੇਬੰਦੀਆਂ ਦੇ ਵਿੱਚ ਜਿਹੜੇ ਅਲੱਗ ਅਲੱਗ ਗਰੁੱਪ ਬਣੇ ਹੋਏ ਨੇ ਔਰ ਕੁਝ ਤਾਂ ਇਸ ਤਰ੍ਹਾਂ ਦੇ ਆ ਜਿਹੜੇ ਕਹਿੰਦੇ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜਥੇਦਾਰੀ ਨਹੀਂ ਮੰਨਦੇ ਸੋ ਇਹ ਆਪਣੇ ਆਪ ਦੇ ਵਿੱਚ ਹੁਣ ਦੇਖੋ ਮਜਬੂਰੀਆਂ ਹੁੰਦੀਆਂ ਨੇ ਹਰ ਇੱਕ ਦੀਆਂ ਹੁਣ ਸਿੰਘ ਸਾਹਿਬ ਜਿਹੜੇ ਆਪਣੇ ਪਹਿਲਾਂ ਮੇਰੇ ਤੋਂ ਗੱਲ ਕਰ ਰਹੇ ਸੀ ਭਾਈ ਬਲਜੀਤ ਸਿੰਘ ਦਾਦੂਵਾਲ ਇਹਨਾਂ ਦੀ ਵੀ ਇੱਕ ਮਜਬੂਰੀ ਬਣੀ ਇਹਨਾਂ ਨੂੰ ਕਿਹੜਾ ਕਿਸੇ ਨੇ ਢਾਇਆ ਸੀ ਇਹਨਾਂ ਆਪਣੇ ਆਪ ਅਸਤੀਫਾ ਦੇ ਦਿੱਤਾ ਕਿਉਂਕਿ ਇਹਨਾਂ ਨੂੰ ਆਪਣੇ ਜਿਹੜੀ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਉਹਦੇ ਪ੍ਰਧਾਨ ਵਜੋਂ ਸੇਵਾ ਨਿਭਾਉਣਾ ਚਾਹੁੰਦੇ ਸਨ ਸੋ ਇਸੇ ਤਰ੍ਹਾਂ ਭਾਈ ਜਿਹੜੇ ਅਮਰੀਕ ਸਿੰਘ ਅਜਨਾਲਾ ਉਹਨਾਂ ਨੂੰ ਅਕਾਲ ਤਖ਼ਤ ਆਪਣੇ ਸਰਬੱਤ ਖਾਲਸਾ ਨੇ ਬਣਾਇਆ ਸੀ ਤੇ ਉਹ ਵੀ ਅਸਤੀਫਾ ਦੇ ਗਏ ਸੋ ਇਹ ਆਪਣੀ ਆਪਣੀ ਅਵਸਥਾ ਹੁੰਦੀ ਹੈ
कि जेड़ा कदों तक कोई कोई अपने सेवा निभा सकता। सो मैं महसूस करदा कि नहीं होना चाहिए, बिल्कुल नहीं होना चाहिए है। मेरा तो सवाल का मकसद ये आ कि कौम नूं एक विद्वान, एक सिख स्कॉलर, एक पढ़िया लिखिया पीएचडी, देखो देखो एक्टिंग तौर दे उते आपां एक लांबा सी, श्रोमणी गुरुद्वारा प्रबंधक कमेटी ने लांबा ला दिता कि जिहड़े एक्टिंग शब्द ला के पासे रख दिता ते हुण तख्त दमदमा साहब दे जथेदार वजो ज्ञानी हरप्रीत सिंह समावां निभाउणगे और सिंह साहब ज्ञानी रघुबीर सिंह जी वो जथेदार श्री अकाल तख्त साहब वजो समावां निभाउणगे और इसे तरह जिहड़े पंज तख्तां दे जथे कौम दे, इसे करके ही जथेदार साहब नूं कौम दा सरबराह कहा जाता है। गल ए है कि उन्होंने एक गल कही सी, श्रोमणी अकाली दल नूं एक सजेशन दिता सी, ताकीद कीती सी, समझाया सी, इशारा कीता सी कि यह सरमाएदारां दी पार्टी नहीं है, यह किरतियां दी मेहनत कश लोकां दी पार्टी है। अकाली दल ने उस बारे कोई सोचा, कोई विचार वटांदरा कीता? देखो जी, जे सोचा तां ही साडे वर्गियां नूं मौका मिलिया, असीं कोई सरमाएदार लोक थोड़ा, सानूं तीन तीन चार चार अहुदे उन्होंने अज दिते आ पार्टी दे अंदर। मैं पार्टी दा जनरल सकत्तर हां, पार्टी दा बुलारा, पंथक सलाहकार बोर्ड दा मैंबर हां। जे सोचिया ते ताही जथे कई बंदे ताही जथे ताही जथेदारी तो थोड़ा जा पासे कर दिता गया। किवें जी? मैं कहा जे सोचिया, तुसी कह रहे हो जे पार्टी ने सोचिया, ते पार्टी ने जथेदार बारे तो नहीं सोच लिया कुछ? नहीं 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 नहीं, इस तरह की कोई गल नहीं। जथेदार साहब के सारे सुझाव साडे सिर मत्थे आ, ते इस तरह की कोई गल नहीं। जथेदार साहब साडे लई सत्कारयोग सी, सत्कारयोग है, ते सत्कारयोग रहणगे। ठीक है, जथेदार साहब सत्कारयोग हमेशा रहणगे ते रहने भी चाहिए ने। सोढ़ी साहब, असल दे विच गल की, इस्तीफा दिया गया या लिया गया? नवजोत सिंह जी, पहला तो मैं नवनियुक्त जथेदार नूं वधाई दिना, ते आस तां नहीं कीती जा सकदी कि वह योग अगवाई कर पाउणगे, क्योंकि अगवाई तो वो ही करनगे जो सरदार सुखबीर सिंह बादल दा आदेश होएगा। मेरे वीर सरदार करनैल सिंह पीर मुहम्मद भी इत्थे बैठे आ, असीं फैडरेशन दे प्लेटफार्म ते बहुत लंबा समा काम कीता, ते एक समा आया सी जदों ज्ञानी जोगिंदर सिंह बदंती नूं लाया गया सी, इसे तरह ही कि वह अमेरिका गए सी, ते उत्थे जाके उन्होंने गर्म खालियां दी स्टेज सांझी कीती, ते उत्थे कुछ पंथ प्रति अपनी जिहड़ी गल सी जाहर कीती, ते अपने दिल दीआं गल्लां कीतीआं। ते अमेरिका तो आउंदिआं ही उन्हां नूं ज्ञानी जोगिंदर सिंह बदंती नूं श्रोमणी गुरद्वारा प्रबंधक कमेटी ने जथेदारी तो लांभे कर दिता। ਤਾਂ ਉਦੋਂ ਇੱਥੇ ਵੀ ਕੋਈ ਅਜਿਹੇ ਕਾਰਨ ਨੇ, ਅਸੀਂ ਉਹਨੂੰ ਸਨਮਾਨ ਦਿੱਤਾ ਸੀ, ਸਨਮਾਨ ਤਾਂ ਦਿੱਤਾ ਸੀ, ਤੇ ਉਦੋਂ ਅੱਜ ਜਿਹੜੀ ਇਹ ਗੱਲ ਕਹਿ ਰਹੇ ਕਿ ਸ਼੍ਰੋਮਣੀ ਕਮੇਟੀ ਨਿਯੁਕਤ ਕਰਦੀ, ਤੇ ਉਦੋਂ ਅਸੀਂ ਉਸ ਗੱਲ ਦਾ ਵੀ ਵਿਰੋਧ ਕੀਤਾ ਸੀ ਕਿ ਜਥੇਦਾਰ ਜੋਗਿੰਦਰ ਸਿੰਘ ਬਦੰਤੀ ਨੂੰ ਗਲਤ ਤਰੀਕੇ ਨਾਲ ਲਾਇਆ ਗਿਆ। ਹੁਣ ਆ ਜੀ ਇਹ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਹਰਪ੍ਰੀਤ ਸਿੰਘ ਜਿੰਨਾ ਚਿਰ ਤਾਂ ਜੀ ਹਜ਼ੂਰ ਕਹਿੰਦੇ ਰਹੇ ਉਨਾ ਚਿਰ ਠੀਕ ਸੀ, ਹੁਣ ਕੁਝ ਸਮੇਂ ਤੋਂ ਜਦੋਂ ਉਹਨਾਂ ਨੂੰ ਲੱਗਿਆ ਕਿ ਪੰਜਾਬ ਜਾਂ ਪੰਥ ਦੇ ਅੰਦਰ ਇੱਕ ਬੜਾ ਵੱਡਾ ਖਲਾਅ ਪੈਦਾ ਹੋ ਗਿਆ ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਲੋਕ ਨਹੀਂ ਹੁਣ ਝੱਲ ਪਾ ਰਹੇ, ਤਾਂ ਉਹਨਾਂ ਨੇ ਇਹਨਾਂ ਨੂੰ ਦੋ ਤਿੰਨ ਸਲਾਹਾਂ ਦਿੱਤੀਆਂ ਕਿ ਭਾਈ ਪ੍ਰਧਾਨਗੀ ਛੱਡ ਦੇ। ਸੁਖਬੀਰ ਸਿੰਘ ਬਾਦਲ ਨੂੰ ਕਿਹਾ ਉਹ ਪੰਥ ਇਕੱਠਾ ਹੋਵੇ ਔਰ ਉਹਨੇ ਪਿਛਲੇ ਦਿਨੀ ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਸਥਾਨ ਤੇ ਜਾ ਕੇ ਬੋਲਿਆ ਕਿ ਸ਼੍ਰੋਮਣੀ ਅਕਾਲੀ ਦਲ ਉਹ ਸ਼੍ਰੋਮਣੀ ਅਕਾਲੀ ਦਲ ਨਹੀਂ ਰਿਹਾ, ਉਹ ਦੋ ਤਿੰਨ ਵਾਰ ਜਦੋਂ ਉਹਨਾਂ ਨੇ ਸੱਚ ਨੂੰ ਬਿਆਨਿਆ ਤਾਂ ਕਿਤੇ ਨਾ ਕਿਤੇ ਲੱਗ ਹੀ ਰਿਹਾ ਸੀਗਾ ਕਿ ਲਾਹ ਇਹਨਾਂ ਨੇ ਬਹੁਤ ਦੇਰ ਪਹਿਲਾਂ ਉਦੋਂ ਹੀ ਦੇਣਾ ਸੀ, ਪਰ ਉਹਦੇ ਵਿੱਚ ਇਹ ਸੀ ਕਿ ਜਿਹੜੀ ਗੱਲ ਦਾਦੂਵਾਲ ਸਾਹਿਬ ਨੇ ਕਹੀ ਆ, ਗਿਆਨੀ ਰਘਵੀਰ ਸਿੰਘ ਵੀ ਕਿਤੇ ਨਾ ਕਿਤੇ ਜਥੇਦਾਰ ਨਹੀਂ ਸੀ ਬਣਨਾ ਚਾਹੁੰਦੇ, ਉਹ ਚਾਹੁੰਦੇ ਸੀਗੇ ਕਿ ਮੇਰਾ ਕਿਉਂ ਕਤਲ ਕਰਵਾਉਣੇ ਹੋ, ਮੈਨੂੰ ਤਾਂ ਸਿਰਫ ਜੇ ਲਾਉਣਾ ਚਾਹੁੰਦੇ ਆ ਤਾਂ ਇਹ ਆਪਣਾ ਸ਼੍ਰੀ ਦਰਬਾਰ ਸਾਹਿਬ ਦਾ ਆਪਣਾ ਉਹਦਾ ਹੈੱਡ ਗ੍ਰੰਥੀ ਨਿਯੁਕਤ ਕਰਵਾ ਦਿਓ, ਤੇ ਜਿੰਨਾ ਚਿਰ ਸਿਆਸਤ ਭਾਰੂ ਰਹੇਗੀ ਧਰਮ ਦੇ ਉੱਤੇ ਓਨੀ ਦੇਰ ਮੈਨੂੰ ਨਹੀਂ ਲੱਗਦਾ ਗਾ ਕਿ ਨਵਜੋਤ ਸਿੰਘ ਜੀ ਪੰਥ ਦੇ ਲਈ ਸਭ ਕੁਝ ਅੱਛਾ ਹੋਏਗਾ ਜਾਂ ਜਥੇਦਾਰ ਦੀ ਜਿਹੜੀ ਨਿਯੁਕਤੀ ਆ ਨਿਰਪੱਖ ਹੋਏਗੀ, ਕਿਉਂਕਿ ਜਥੇਦਾਰ ਜਿਹੜਾ ਸਰਵ ਉੱਚ ਸਥਾਨ ਦਾ ਜਥੇਦਾਰ ਹੈ ਉੱਥੇ ਸਾਰੀਆਂ ਧਿਰਾਂ ਨੇ ਜਾ ਕੇ ਆਪਣੀ ਗੱਲ ਕਰਨੀ ਹੈ ਔਰ ਉਹ ਜਿਹੜੇ ਨਹੀਂ ਹੋ ਕਿਵੇਂ ਸਕਦਾ ਹੈ, ਕੱਲੇ ਸਵਾਲ ਚੱਕਣ ਨਾਲ ਨਹੀਂ ਨਾ ਸੋਢੀ ਸਾਹਿਬ ਗੱਲ ਬਣੇਗੀ, ਫਿਰ ਲੋਕ ਉਸ ਨੂੰ ਅਮਲ ਦੇ ਵਿੱਚ ਵੀ ਲਿਆਉਣ ਦੇ ਲਈ ਹੁਣ ਅੱਗੇ ਆਉਣ ਅੱਗੇ ਆਉਣਗੇ ਜਦ ਜਿੰਨਾ ਚਿਰ ਇਹ ਸਾਰੇ ਮਸਲੇ ਦਾ ਹੱਲ ਇੱਕੋ ਹੀ ਹੈ ਕਿ ਜਿੰਨਾ ਚਿਰ ਇੱਕ ਪਰਿਵਾਰ ਦਾ ਗਲਬਾ ਸ਼੍ਰੀ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਤੋਂ ਨਹੀਂ ਹਟਦਾ
ਜਿੰਨਾ ਚਿਰ ਸਰਦਾਰ ਸੁਖਬੀਰ ਸਿੰਘ ਬਾਦਲ ਐਂਡ ਪਾਰਟੀ ਅਸਤੀਫਾ ਦੇ ਕੇ ਪਾਸੇ ਨਹੀਂ ਹੁੰਦੀ ਉਹਨਾਂ ਚਿਰ ਇਹ ਕੁਝ ਨਹੀਂ ਹੋ ਸਕੇਗਾ ਨਵਜੋਤ ਜੀ ਉਨੀ ਦੇਰ ਏਦਾਂ ਹੀ ਰਹੇਗਾ ਇਹ ਤਾਂ ਆਉਣ ਵਾਲੇ ਸਮੇਂ ਨਹੀਂ ਮੰਨ ਲਓ ਵੀ ਉਹ ਅਸਤੀਫਾ ਨਹੀਂ ਦੇਣਗੇ ਤੇ ਫਿਰ ਮਤਲਬ ਇਹ ਸਾਰਾ ਕੁਝ ਏਦਾਂ ਹੀ ਚੱਲਦਾ ਰਹੇਗਾ ਮਤਲਬ ਇੱਕ ਅਸਤੀਫੇ ਨਾਲ ਏਡੀ ਵੱਡੀ ਗੱਲ ਜੁੜੀ ਹੋਈ ਆ ਦੇਖੋ ਅੱਜ ਤਾਂ ਅਜੇ ਇਸੇ ਗੱਲ ਤੇ ਖੜੀ ਆ ਕਿ ਜਦੋਂ ਪਿੱਛੋਂ ਚਲਾ ਹੀ ਹੋ ਰਹੇ ਆ ਜੋ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਕਿ ਇਹਨੂੰ ਹੈੱਡ ਗ੍ਰੰਥੀ ਲਾ ਦਿਓ ਹੈੱਡ ਗ੍ਰੰਥੀ ਲੱਗ ਜਾਂਦਾ ਦਰਬਾਰ ਸਾਹਿਬ ਦਾ ਇਹਨੂੰ ਆਹ ਕਰ ਦਿਓ ਉਹਨੂੰ ਉਹ ਲੱਗ ਜਾਂਦਾ ਦੇਖੋ ਦੋ ਹੀ ਗੱਲਾਂ ਜਾਂ ਬੀਬੀ ਹਰਸਿਮਰਤ ਕੌਰ ਦੇ ਪੈਰਾਂ 'ਚ ਜਾ ਕੇ ਜਿਹੜਾ ਬਹੇਗਾ ਉਹ ਹੀ ਬਣੇਗਾ ਤੇ ਜਾਂ ਸੁਖਬੀਰ ਸਿੰਘ ਬਾਦਲ ਦੇ ਬਹੇਗਾ ਉਹ ਹੀ ਬਹੇਗਾ ਇਹ ਤਾਂ ਹੁਣ ਪੰਥ ਨੇ ਆਉਣ ਵਾਲੇ ਸਮੇਂ 'ਚ ਅਸੀਂ ਇਸੇ ਕਰਕੇ ਤਾਂ ਦੁਹਾਈ ਦੇ ਰਹੇ ਹਾਂ ਕਿ ਨਵੀਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਏਗੀ ਉਦੋਂ ਜਿਹੜੇ ਧਰਮ ਤੇ ਲੋਕ ਆ ਪੰਥ ਦਾ ਦਰਦ ਰੱਖਣ ਵਾਲੇ ਆ ਉਹ ਲੋਕਾਂ ਦੀ ਚੋਣ ਹੋਵੇ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਇੰਨੇ ਲੰਬੇ ਸਮੇਂ ਤੋਂ ਚੋਣਾਂ ਨਹੀਂ ਹੋਈਆਂ ਪੀਰ ਮੁਹੰਮਦ ਜੀ ਕੁਝ ਕਹਿਣਾ ਚਾਹ ਰਹੇ ਆ ਸ਼ਾਇਦ ਕੁਝ ਤੁਸੀਂ ਪੀਰ ਨਵਜੋਤ ਜੀ ਹਾਂਜੀ ਹਾਂਜੀ ਦੇਖੋ ਇਹ ਤਾਂ ਆਪਣੇ ਆਪ ਦੇ ਵਿੱਚ ਕਿੰਨੀ ਸੰਤੁਸ਼ਟੀ ਵਾਲੀ ਗੱਲ ਹੈ ਕਿ ਕੋਈ ਜਥੇਦਾਰ ਨਹੀਂ ਬਣਨਾ ਚਾਹੁੰਦਾ ਮੜਾ ਕਿੰਨਾ ਤਿਆਗ ਵਾਲੀ ਭਾਵਨਾ ਕਿੰਨੀ ਤਿਆਗ ਦੀ ਭਾਵਨਾ ਦਿਖਾ ਰਹੇ ਆ ਜਥੇਦਾਰ ਸਾਹਿਬ ਤੇ ਜੇ ਫਿਰ ਪੰਥ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਤੇ ਇਹ ਤਾਂ ਸ਼ੁਕਰ ਕਰਨਾ ਚਾਹੀਦਾ ਇਸ ਗੱਲ ਦਾ ਕਿ ਇਹੋ ਜਿਹਾ ਰੁਝਾਨ ਸਾਨੂੰ ਆਪਣੇ ਰਾਜਨੀਤਿਕ ਪਾਰਟੀਆਂ ਨੂੰ ਵੀ ਜਿਹੜੀਆਂ ਸਿੱਖ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਵੀ ਇਸ ਗੱਲ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਦੇਖੋ ਮੇਰੀ ਗੱਲ ਸੁਣੋ ਇਹ ਤਾਂ ਸੋਚ ਹੈ ਨਾ ਆਪਣੀ ਆਪਣੀ ਜਨਰਲ ਸਾਹਿਬ ਤੁਹਾਡੇ ਕੋਲ ਆਉਣਾ ਜੀ ਹਾਂਜੀ ਮੈਂ ਇਹ ਗੱਲ ਕਹਿ ਰਿਹਾ ਕਿ ਇਸ ਕਰਕੇ ਨਹੀਂ ਸੀ ਗੱਲ ਕਿ ਉਹ ਇਹ ਨਹੀਂ ਗੱਲ ਉਹ ਤਾਂ ਇਹੀ ਕਹਿੰਦੇ ਸੀ ਕਿ ਮੇਰਾ ਕਤਲ ਕਿਉਂ ਕਰਵਾਉਣਾ ਚਾਹੁੰਦੇ ਉਹਨਾਂ ਨੂੰ ਪਤਾ ਸੀ ਕਿ ਜੇ ਮੈਂ ਇਹਨਾਂ ਦੀ ਨਹੀਂ ਗੱਲ ਸੁਣਾਂਗਾ ਮੈਂ ਕਿਤੇ ਨਾ ਕਿਤੇ ਪੰਥ ਦੀ ਗੱਲ ਕਰਾਂਗਾ ਤਾਂ ਮੇਰੇ ਨਾਲ ਵੀ ਅਸ਼ਰ ਇਹੋ ਹੀ ਹੋਣਾ ਜੋ ਪਹਿਲੇ ਜਥੇਦਾਰਾਂ ਦਾ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਸੁਖਬੀਰ ਸਿੰਘ ਬਾਦਲ ਜਦੋਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਆ ਉਹ ਤੋਂ ਬਾਅਦ ਕਿੰਨੇ ਜਥੇਦਾਰ ਬਦਲੇ ਗਏ ਆ ਸਾਰਿਆਂ ਦਾ ਇਹੋ ਹੀ ਅਸ਼ਰ ਕੀਤਾ ਇਹਨਾਂ ਨੇ ਨਹੀਂ ਦੇਖੋ ਸੋਢੀ ਸਾਹਿਬ ਜਿਹੜੀ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਆ ਉਸ ਪਾਰਟੀ ਦੇ ਪ੍ਰਧਾਨ ਸਾਹਿਬ ਹਮੇਸ਼ਾ ਨਾਲ ਹੀ ਹੁੰਦੇ ਸਨ ਜਦੋਂ ਜਥੇਦਾਰ ਪਹਿਲਾਂ ਬਦਲੇ ਜਾਂਦੇ ਰਹੇ ਤੇ ਲਾਏ ਜਾਂਦੇ ਰਹੇ ਆ ਇਸ ਕਰਕੇ ਜਿਹੜਾ ਸਵਾਲ ਇਹ ਮੈਨੂੰ ਕਰ ਰਹੇ ਨੇ ਇਹ ਸਵਾਲ ਢੀਂਡਸਾ ਸਾਹਿਬ ਨੂੰ ਕਰਨ ਕਿ ਢੀਂਡਸਾ ਸਾਹਿਬ ਤੁਹਾਡੀ ਟਨਿਓਰ ਦੇ ਵਿੱਚ ਜਦੋਂ ਤੁਸੀਂ 71 ਜਨਰਲ ਸੀ ਪਾਰਟੀ ਦੇ ਤੇ ਬਹੁਤ ਸਾਰੇ ਜਥੇਦਾਰ ਬਦਲੇ ਗਏ ਬਹੁਤ ਸਾਰੇ ਜਥੇਦਾਰ ਲਗਾਏ ਗਏ ਤੇ ਕਦੇ ਤੁਸੀਂ ਉਸ ਵਕਤ ਇਸ ਗੱਲ ਬਾਰੇ ਗੱਲ ਕੀਤੀ ਜਿਹੜੀ ਅੱਜ ਕਹਿ ਰਹੇ ਨੇ ਮੈਂ ਢੀਂਡਸਾ ਸਾਹਿਬ ਨੂੰ ਪਹਿਲਾਂ ਸੁਣਿਆ ਸੀ ਨਵਜੋਤ ਜੀ ਤੁਹਾਡੀ ਇਸ ਕਰਕੇ ਸਮਾਂ ਪ੍ਰਸਥਿਤੀਆਂ ਹਾਲਾਤ ਜਿਹੜੇ ਆ ਨਾ ਇਹ ਬਦਲਦੇ ਰਹਿੰਦੇ ਆ ਤੇ ਇਹਦੇ ਵਿੱਚ ਇੱਕ ਚੰਗੀ ਗੱਲ ਇਹ ਆ ਕਿ ਸਿੰਘ ਸਾਹਿਬ ਗਿਆਨੀ ਹਰ ਰਘਵੀਰ ਸਿੰਘ ਜੀ ਨੂੰ ਆਪਾਂ ਸਾਰੇ ਸਹਿਯੋਗ ਤੇ ਸਾਥ ਦਈਏ ਔਰ ਉਹ ਪਰਮਾਨੈਂਟ ਜਥੇਦਾਰ ਨਿਯੁਕਤ ਹੋਏ ਨੇ ਗਿਆਨੀ ਸੁਲਤਾਨ ਸਿੰਘ ਜੀ ਉਹ ਪਰਮਾਨੈਂਟ ਜਥੇਦਾਰ ਨਿਯੁਕਤ ਹੋਏ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਪਰਮਾਨੈਂਟ ਜਥੇਦਾਰ ਨਿਯੁਕਤ ਨੇ ਸੋ ਹੁਣ ਤਾਂ ਬਹੁਤ ਇੱਕ ਚੰਗਾ ਮਾਹੌਲ ਬਣੇਗਾ ਔਰ ਉਹਨਾਂ ਨੇ ਇਹ ਗੱਲ ਕਹਿ ਵੀ ਦਿੱਤੀ ਹੈ ਕਿ ਪੰਥਕ ਏਕਤਾ ਦੇ ਲਈ ਅਸੀਂ ਤਤਪਰ ਹਾਂ ਔਰ ਖਾਲਸਾ ਪੰਥ ਨੂੰ ਇੱਕ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਕਰਾਂਗੇ ਨਵਜੋਤ ਜੀ ਮੇਰੀ ਹੁਣ ਨਾ ਦੂਸਰੇ ਪਾਸੇ ਅਸਾਈਨਮੈਂਟ ਹੈ ਮੈਂ ਉਧਰ ਜਾਣਾ ਧੰਨਵਾਦ ਜੀ ਮੇਰਾ ਜੀ ਪੀਰ ਮੁਹੰਮਦ ਜੀ ਪੀਰ ਮੁਹੰਮਦ ਜੀ ਇੱਕ ਪੀਰ ਮੁਹੰਮਦ ਜੀ ਕਾਬਲੀਅਤ ਨਹੀਂ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਐਕਟਨ ਤੋਂ ਜਿਹੜਾ ਸੀਗਾ ਪੂਰਾ ਪਰਮਾਨੈਂਟ ਜਥੇਦਾਰ ਕਰ ਦਿੰਦੇ ਦਮਦਮਾ ਸਾਹਿਬ ਦਾ ਕਿਸੇ ਹੋਰ ਨੂੰ ਲਾਇਆ ਜਾ ਸਕਦਾ ਸੀਗਾ ਨਹੀਂ ਉਹਨਾਂ ਨੇ ਆਪ ਇੱਛਾ ਜਾਹਰ ਕੀਤੀ ਉਹਦੇ ਕਿ ਦਮਦਮਾ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਇੱਧਰ ਜਿਹੜਾ ਮੈਂ ਇੱਕ ਇੱਕ ਜਗ੍ਹਾ ਤੇ ਸੇਵਾਵਾਂ ਨਿਭਾਉਣਾ ਚਾਹੁੰਦਾ ਉਹਨਾਂ ਨੇ ਆਪਣੀ ਚੁਆਇਸ ਜਿਹੜੀ ਦੱਸੀ ਸੀ ਦਮਦਮਾ ਸਾਹਿਬ ਦੀ ਇੱਕ ਜਗ੍ਹਾ ਦੇ ਉੱਤੇ ਉਹਨਾਂ ਨੂੰ ਉੱਥੇ ਅਕਾਲ ਤਖ਼ਤ ਤੇ ਦਿੱਤੀ ਜਾ ਸਕਦੀ ਸੀ ਇੱਕ ਜਗ੍ਹਾ ਤਾਂ ਇਹ ਤਾਂ ਹੁਣ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਸਿੰਘ ਸਾਹਿਬ ਨੇ ਆਪ ਇੱਛਾ ਜਾਹਰ ਕੀਤੀ ਪੀਰ ਮੁਹੰਮਦ ਜੀ ਨਹੀਂ ਸਿੰਘ ਸਾਹਿਬ ਨੇ ਕੋਈ ਇੱਛਾ ਜਾਹਰ ਨਹੀਂ ਕੀਤੀ ਸਿੰਘ ਸਾਹਿਬ ਨੂੰ ਲਾਇਆ ਗਿਆ ਕਿਉਂਕਿ ਸਿੰਘ ਸਾਹਿਬ ਸੱਚੀਆਂ ਗੱਲਾਂ ਕਰਨ ਲੱਗ ਗਏ ਸੀ ਉਹ ਇਹਨਾਂ ਨੂੰ ਸਲਾਹ ਸਹੀ ਦੇਣ ਲੱਗ ਗਏ ਸੀ ਇੱਕ ਗੱਲ ਜ਼ਰੂਰ ਜਵਾਬ ਦਿਓ ਕਿ ਇਹ ਜਿਹੜੀ ਗੱਲ ਹੈ ਨਾ ਇਹ ਸਿਰਫ ਕੌਮ ਦਾ ਆਈਵਾਸ਼ ਕਰਨ ਵਾਲੀ ਆ ਤੁਸੀਂ ਵੀ ਇਸ ਗੱਲ ਤੇ ਸਹਿਮਤ ਹੋਵੋਗੇ ਸਰਦਾਰ ਧਾਮੀ ਸਾਹਿਬ ਵੀ ਸਹਿਮਤ ਹੋਣਗੇ ਜਿਹੜੀ ਉਹਨਾਂ ਗੱਲ ਕਹੀ ਉਹ ਬਿਲਕੁਲ ਝੂਠ ਆ ਕਿ ਸਵੈ ਇੱਛਾ ਅਨੁਸਾਰ ਉਹਨਾਂ ਨੇ ਸੇਵਾ ਛੱਡੀ ਹੈ ਆਪ ਆਣ ਕੇ ਇਸ ਬਾਰੇ ਕਲੀਅਰ ਕਰ ਦੇਣਗੇ ਉਹਨਾਂ ਨੇ ਇੱਛਾ ਜਾਹਰ ਕੀਤੀ ਸੀ ਆਪਦੇ ਜਥੇਦਾਰ ਬਣੇ ਰਹਿਣਾ ਤਾਂ ਕਰਕੇ ਉਹਨਾਂ ਨੂੰ ਕਹਿਣਾ ਪੈਣਾ ਜੋ ਤੁਸੀਂ ਕਹੋਗੇ ਉਹਨਾਂ ਨੂੰ ਤਾਂ ਕਹਿਣਾ ਪੈਣਾ ਜੋ ਪੀਰ ਮੁਹੰਮਦ ਜੀ ਮੇਰਾ ਇੱਕ ਸਵਾਲ ਹੈ ਜੀ ਜਵਾਬ ਦਿਓਗੇ
प्रचार करन दा प्रसार दा जिम्मा भी है ते साडे कोल ग्रंथी सिंघां दी भी घाट होगी ते कौम दे लई किड्डी शर्म दी गल नहीं नहीं इस तरह की कोई गल नहीं सेवावां आने वाले समय दे विच देने वास्ते बहुत सारिया शख्सियत होर भी आउणगियां सामने और क्योंकि इत्थे जिहड़ी नियुक्ति है नियुक्ति लई तजर्बा ते सारा कुछ देखिया जांदा और जिहड़ी एग्जैक्टिव है उन्होंने बैठ के विचार वटांदरा करन तों बाद ही निर्णा लिया सो अज दे इस नियुक्ति वाले फैसले ते मैं कहिंदा कि विवाद जिहड़ा हुण बंद करना चाहीदा हुण तां साथ देण दा समां है ठीक है जी साथ तो कौम ने हमेशा दिता पर तुहाडा समा कीमती है तुसी अगे जाना जी तुहाडा बहुत बहुत धन्यवाद एक गल जरूर दस्सियो करना जी ये जरूर दस्सियो नवजोत जी कि बड़ी कौम दी बदकिस्मती है कि जिस श्रोमणी कमेटी ने पूरे देश विदेश दे अंदर दूजे गुरु घरां नूं भी ग्रंथी सिंह देने सी जी उन्हां कोले दरबार साहिब वास्ते ग्रंथी है नहीं है जिहड़ी गल तजर्बे दी इह गल कह रहे आ ਜਿਹੜਾ ਤਜਰਬਾ ਇਹਨਾਂ ਨੂੰ ਚਾਹੀਦਾ ਜਥੇਦਾਰ ਲੱਗਣ ਲਈ ਜਾਂ ਅਕਾਲ ਤਖਤ ਸਾਹਿਬ ਲੱਗਣ ਲਈ ਉਸ ਤਜਰਬੇ ਵਾਲੇ ਵੀ ਬਹੁਤ ਹੈਗੇ ਆ ਇਹਨਾਂ ਦੇ ਕੋਲੇ ਜਿਹੜਾ ਤਜਰਬਾ ਇਹਨਾਂ ਨੂੰ ਚਾਹੀਦਾ ਨਹੀਂ ਮੈਂ ਤਾਂ ਦਾਦੂਵਾਲ ਸਾਹਿਬ ਆਪ ਇਹੀ ਸਵਾਲ ਕੀਤਾ ਸੀ ਗੱਲ ਇਹ ਆ ਕਿ ਵਾਕਈ ਹੀ ਘਾਟ ਹੈ ਜਾਂ ਮਤਲਬ ਜਿਹੇ ਜੀ ਬਿਰਤੀ ਦੇ ਲੋਕ ਹੈ ਉਹਨਾਂ ਨੂੰ ਉਹ ਲੈਣਾ ਨਹੀਂ ਚਾਹੁੰਦੇ ਉਸ ਮਾਹੌਲ ਦੇ ਵਿੱਚ ਨਹੀਂ ਬਿਲਕੁਲ ਉਹ ਜਿਹੜੇ ਅਸਲ ਵਿਦਵਾਨ ਆ ਨਿਰਪੱਖ ਆ ਸਿਧਾਂਤਾਂ ਅਨੁਸਾਰ ਕੰਮ ਕਰਨਾ ਚਾਹੁੰਦੇ ਉਹਨਾਂ ਦੀ ਕੋਈ ਕਦਰ ਨਹੀਂ ਉਹਨਾਂ ਨੂੰ ਲੈਣਾ ਨਹੀਂ ਚਾਹੁੰਦੇ ਪਰ ਜਿਹੜੇ ਇਹ ਲੈਣਾ ਚਾਹੁੰਦੇ ਆ ਉਹਨਾਂ ਦੀ ਵੀ ਕਮੀ ਨਹੀਂ ਹੈਗੀ ਇਹ ਤਾਂ ਕਹਿਣ ਦੀ ਗੱਲ ਤੇ ਆ ਕਿ ਸਾਡੇ ਕੋਲ ਗ੍ਰੰਥੀਆਂ ਦੀ ਘਾਟ ਆ ਤੇ ਜੇ ਗ੍ਰੰਥੀਆਂ ਦੀ ਘਾਟ ਆ ਤੇ ਇਹੀ ਤਾਂ ਬਦਕਿਸਮਤੀ ਆ ਕੌਮ ਦੀ ਕਿ ਉਹ ਸੰਸਥਾ ਜਿਹਨੇ ਪੂਰੀ ਕੌਮ ਨੂੰ ਗ੍ਰੰਥੀ ਦੇਣੇ ਸੀ ਜੀ ਪੂਰੇ ਕੌਮ ਦੇ ਪ੍ਰਬੰਧ ਦੀ ਗੱਲ ਕਰਨੀ ਉਹਨਾਂ ਕੋਲੇ ਦਰਬਾਰ ਸਾਹਿਬ ਵਾਸਤੇ ਗ੍ਰੰਥੀ ਹੈ ਨਹੀਂ ਬਿਲਕੁਲ ਬਿਲਕੁਲ ਮੈਂ ਇੱਕ ਗੱਲ ਜਿਹੜੇ ਸੋਢੀ ਸਾਹਿਬ ਨੇ ਗੱਲ ਕੀਤੀ ਹੈ ਮੈਂ ਉਹਦੇ ਦਾ ਸਵਾਲ ਲੈਣਾ ਚਾਹੁੰਦਾ ਸੋਢੀ ਸਾਹਿਬ ਨੇ ਜਿਵੇਂ ਗੱਲ ਕਹੀ ਸੀ ਨਾ ਕਿ ਜਦੋਂ ਤੱਕ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਨਹੀਂ ਲਹਿੰਦਾ ਉਦੋਂ ਤੱਕ ਕੁਝ ਵੀ ਨਹੀਂ ਹੋ ਸਕਦਾ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇ ਗੱਲ ਕਿਉਂ ਅਟਕੀ ਪਈ ਹੈ ਕੌਮ ਬਾਕੀ ਮਤਲਬ ਇਹਦਾ ਮਤਲਬ ਸਾਰੀ ਖੜੀ ਉਧਰਲੇ ਧੜੇ ਦੇ ਨਾਲ ਹੈ ਜੇ ਲੋਕ ਤੁਹਾਡੇ ਨਾਲ ਹੋਣਗੇ ਜਿਹੜੇ ਸਪਲਿੰਟਰ ਗਰੁੱਪ ਨੇ ਜਿਹੜੇ ਬਾਗੀ ਗੁਰ ਧੜੇ ਨੇ ਉਹ ਇਕੱਠੇ ਹੋ ਕੇ ਮਜ਼ਬੂਤ ਹੋ ਕੇ ਆਪਣੇ ਤਰੀਕੇ ਦੇ ਨਾਲ ਇਹ ਸਾਰੇ ਸਿਸਟਮ ਦੇ ਵਿੱਚ ਆਉਣ ਉਹਦੇ ਵਾਸਤੇ ਹੀ ਤਾਂ ਸਾਰੇ ਆ ਸੋਢੀ ਸਾਹਿਬ ਵੀ ਕਹਿ ਰਹੇ ਆ ਸਰਦਾਰ ਢੀਂਡਸਾ ਸਾਹਿਬ ਵੀ ਬਾਕੀ ਜਥੇਬੰਦੀਆਂ ਸਰਦਾਰ ਮਾਨ ਸਾਹਿਬ ਵੀ ਸਾਰੇ ਉਹੀ ਤਾਂ ਕਹਿ ਰਹੇ ਆ ਕਿ 12 ਸਾਲ ਹੋ ਗਏ ਆ 5 ਸਾਲ ਤੋਂ ਬਾਅਦ ਗੈਰ ਕਾਨੂੰਨੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਓ ਪੰਥ ਕਮਰ ਕੱਸੇ ਕਰੀ ਬੈਠਾ ਵਾ ਇਹਨਾਂ ਨੂੰ ਘਰ ਤੋਰਨ ਵਾਸਤੇ ਜਿਹੜਾ ਸਰਕਾਰ ਤੋਂ 2 ਸੀਟਾਂ ਤੇ ਲੈ ਆ ਉਹ ਪੰਥ ਇਹਨਾਂ ਨੂੰ ਘਰ ਤੋਰਨ ਲਈ ਤਿਆਰ ਹੈ ਇਸ ਕਰਕੇ ਅਸਤੀਫਾ ਤਾਂ ਮੰਗਦੇ ਆ ਕਿ ਪਹਿਲਾਂ ਅਸਤੀਫਾ ਦੇ ਦੇ ਨਹੀਂ ਅਸਤੀਫਾ ਦੇਣਾ ਤਾਂ ਚੋਣਾਂ ਆ ਜਾਣ ਚੋਣਾਂ ਆ ਗਈਆਂ ਤੇ ਆਪੇ ਪਤਾ ਲੱਗ ਜੂਗਾ ਇਹਨਾਂ ਨੂੰ ਘਰ ਨੂੰ ਪੰਥ ਪੰਜਾਬ ਤੋਰ ਦੇਵੇਗਾ ਕਿਉਂਕਿ ਪੰਥ ਇਸ ਵੇਲੇ ਕਮਰ ਕੱਸਾ ਕਰੀ ਬੈਠਾ ਵਾ ਤੇ ਬਾਦਲ ਪਰਿਵਾਰ ਨੂੰ ਘਰ ਤੋਰ ਦੇਣਾ ਵਾ ਦੇਖੋ ਨਾ ਵੱਡੇ ਬਾਦਲ ਸਾਹਿਬ 5 ਵਾਰ ਦਾ ਚੀਫ ਮਿਨਿਸਟਰ ਹੋਵੇ ਅਖੀਰ ਨੂੰ ਜਦੋਂ ਦੁਨੀਆ ਤੋਂ ਰੁਖਸਤ ਹੋਏ ਤੇ ਉਦੋਂ ਹਾਰ ਕੇ ਉਹ ਵੀ ਲੰਬੀ ਤੋਂ ਜਿਹੜਾ ਨਿੱਜੀ ਹਲਕਾ ਸੀ ਲੰਬੀ ਤੋਂ ਹਾਰ ਲੈ ਕੇ ਤੇ ਉੱਥੋਂ ਜਿਹੜਾ ਸੀਗਾ ਰੁਖਸਤ ਹੋਣਾ ਪਿਆ ਦੁਨੀਆ ਤੋਂ ਤਾਂ ਅੱਜ ਇਹੀ ਹਾਲਾਤ ਜਿਹੜੇ ਬਾਕੀਆਂ ਦੇ ਬਣੇ ਹੋਏ ਆ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮੈਂ ਇਹੀ ਇਹ ਸਰਦਾਰ ਸੋਢੀ ਸਾਹਿਬ ਨੇ ਜਿਹੜੀ ਗੱਲ ਕਹੀ ਉਹ ਬਿਲਕੁਲ ਠੀਕ ਆ ਕਿ ਉਹ ਅਸਤੀਫਾ ਦੇ ਦੇਣ ਦਾ ਤਾਂ ਅੱਜ ਹੋ ਸਕਦਾ ਜੇ ਅਸਤੀਫਾ ਨਾ ਦੇਣ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੈ ਆਓ ਚੋਣਾਂ ਦੇ ਵਿੱਚ ਫੈਸਲਾ ਹੋ ਜੂਗਾ ਗੱਲ ਖਤਮ ਹੋ ਜੂਗੀ ਠੀਕ ਹੈ ਦਾਦੂਵਾਲ ਸਾਹਿਬ ਤੁਹਾਡਾ ਧੰਨਵਾਦ ਤੁਹਾਡਾ ਸਮਾਂ ਕੀਮਤੀ ਹੈ ਸਮੇਂ ਦੀ ਨਜ਼ਾਕਤ ਨੂੰ ਦੇਖਦਾ ਹੋਇਆ ਮੈਂ ਤੁਹਾਨੂੰ ਹੋਰ ਵਧੇਰੇ ਜਿਹੜਾ ਹੈ ਉਹ ਨਹੀਂ ਤੰਗ ਕਰਨਾ ਚਾਹੁੰਦਾ ਹਾਲਾਂਕਿ ਸਵਾਲਾਂ ਦੀ ਫਹਿਰਿਸਤ ਤਾਂ ਬਹੁਤ ਲੰਬੀ ਸੀ ਪਰ ਤੁਹਾਡਾ ਧੰਨਵਾਦ ਸੋਢੀ ਸਾਹਿਬ ਸਾਡੇ ਨਾਲ ਬਣੇ ਰਹਿਣਗੇ ਸੋਢੀ ਸਾਹਿਬ ਦੇ ਕਈ ਸੁਝਾਅ ਹਾਲੇ ਹੈਗੇ ਸੋਢੀ ਸਾਹਿਬ ਗੱਲ ਇਹ ਆ ਕਿ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਇੱਕ ਪਰਿਵਾਰ ਦਾ ਕਬਜ਼ਾ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਉਸ ਚੁੰਗਲ 'ਚੋਂ ਨਿਕਲਣ ਦੀ ਜ਼ਰੂਰਤ ਹੈ ਮਤਲਬ ਜੇ ਕਬਜ਼ਾ ਹੈ ਤਾਂ ਇਕੱਲਾ ਪਰਿਵਾਰ ਤਾਂ ਨਹੀਂ ਸਾਰੀ ਕੌਮ ਨੂੰ ਚਲਾ ਸਕਦਾ ਬਾਕੀ ਕੌਮ ਜਾਂ ਤਾਂ ਖੇਰੂ ਖੇਰੂ ਆ ਜਾਂ ਮਤਲਬ ਉਹਨਾਂ ਦੇ ਕਹਿਣੇ 'ਚ ਹੈ ਨਹੀਂ ਐਸੀ ਕੋਈ ਗੱਲ ਨਹੀਂ ਨਵਜੋਤ ਜੀ ਕੋਈ ਨਾ ਉਹਨਾਂ ਦੇ ਖੇਰੂ ਖੇਰੂ ਆ ਤੇ ਨਾ ਹੀ ਉਹਨਾਂ ਦੇ ਕਹਿਣੇ ਚ ਠੀਕ ਆ ਪਰ ਕਾਰਨ ਇਹ ਹੈ ਕਿ ਵਿਧੀ ਵਿਧਾਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਜਿਵੇਂ ਦਾਦੂਵਾਲ ਸਾਹਿਬ ਨੇ ਕਿਹਾ ਸੀ ਪਹਿਲਾਂ 21 ਸਾਲ ਇਹਨਾਂ ਨੇ ਚੋਣਾਂ ਨਹੀਂ ਹੋਣ ਦਿੱਤੀਆਂ ਉਸ ਤੋਂ ਬਾਅਦ ਫਿਰ ਹੁਣ ਦੁਬਾਰਾ 21 ਸਾਲ ਬਾਅਦ ਹੋਈਆਂ ਤੇ ਦੁਬਾਰਾ 11 ਸਾਲ ਹੋ ਗਿਆ ਦੁਬਾਰਾ ਚੋਣਾਂ ਨਹੀਂ ਹੋਈਆਂ 12ਵਾਂ ਸਾਲ ਚੱਲ ਪਿਆ ਜੇ ਚੋਣਾਂ ਹੋਣਗੀਆਂ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰ
ਇਹ ਜੇ ਵਿਧਾਨ ਸਭਾ ਚ ਤਿੰਨ ਗਏ ਆ ਨਾ ਤੇ ਮੈਂ ਕਹਿੰਦਾ ਮਾਈਨਸ 3 ਮਤਲਬ ਮਾਈਨਸ ਜਾਏਗਾ ਇਹ ਸੁਖਬੀਰ ਬਾਦਲ ਦਾ ਜਿਹੜਾ ਦਲ ਹੈ ਲੋਕ ਤਿਆਰੀ ਕਰੀ ਬੈਠੇ ਆ ਪਰ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਜਾ ਕੇ ਜਦੋਂ ਇਹ ਉੱਥੇ ਜਾ ਕੇ ਝੋਲੀ ਅੜਦੇ ਆ ਤੇ ਚੋਣਾਂ ਨੂੰ ਲੇਟ ਕੀਤਾ ਜਾ ਰਿਹਾ ਕਿ ਪੰਥ ਦੀਆਂ ਜਿਹੜੀਆਂ ਸੰਸਥਾਵਾਂ ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦੀ ਵੀ ਮਾਂ ਪਾਰਟੀ ਹੈ ਜਿਹਨੇ ਸਿੱਖਾਂ ਲਈ ਪ੍ਰਚਾਰ ਪ੍ਰਸਾਰ ਪੈਦਾ ਕਰਨਾ ਅੱਜ ਸਾਡੇ ਪੰਜਾਬ ਦੇ ਹਾਲਾਤ ਕਿਉਂ ਇੰਨੇ ਮਾੜੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਲੋਕਾਂ ਦਾ ਕਬਜ਼ਾ ਹੋ ਗਿਆ ਜਿਨ੍ਹਾਂ ਤੇ ਦੋਸ਼ ਲੱਗੇ ਕਿ ਇਹਨਾਂ ਨੇ ਨਸ਼ੇ ਵੇਚੇ ਆ ਜਿਨ੍ਹਾਂ ਤੇ ਦੋਸ਼ ਲੱਗੇ ਇਹਨਾਂ ਨੇ ਬੇਅਦਬੀ ਕਰਵਾਈ ਇਹਨਾਂ ਨੇ ਝੂਠੇ ਸਾਧ ਨੂੰ ਮਾਫ਼ ਕੀਤਾ ਔਰ ਤੁਸੀਂ ਦੇਖੋ ਪੀਰ ਮੁਹੰਮਦ ਸਾਹਿਬ ਗੱਲਾਂ ਕਰ ਰਹੇ ਸੀ ਜਥੇਦਾਰ ਸਾਹਿਬ ਦੀ ਵੀ ਬਹੁਤ ਜ਼ਿਆਦਾ ਸਤਿਕਾਰ ਹੈ ਜਥੇਦਾਰ ਸਾਹਿਬ ਸਰਵਉੱਚ ਸ੍ਰੀ ਅਕਾਲ ਤਖ਼ਤ ਸਰਵਉੱਚ ਅਦਾਲਤ ਹੈ ਤੇ ਉਹਨਾਂ ਨੇ ਇੱਕ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਸੀ ਕਿ ਇੱਕ ਹਫ਼ਤੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਆਪਣਾ ਚੈਨਲ ਲਿਆਵੇ ਕੀ ਆਦੇਸ਼ ਉਹਦਾ ਮੰਨਿਆ ਗਿਆ ਕੀ ਉਹ ਹਫ਼ਤੇ ਦੇ ਵਿੱਚ ਅੱਜ ਤਾਂ ਸਾਲ ਦੁਬਾਰਾ ਸਾਲ ਤੋਂ ਵੱਧ ਸਮਾਂ ਹੋ ਗਿਆ ਔਰ ਅਜੇ ਤੱਕ ਕੋਈ ਉਪਰਾਲਾ ਕੀਤਾ ਪੰਥ ਦੇ ਵਿੱਚ ਐਸੇ ਲੋਕ ਆ ਜਿਹੜੇ ਕਰੋੜ ਕਰੋੜ ਰੁਪਇਆ ਵੀ ਕਹਿੰਦੇ ਆ ਅਸੀਂ ਖਰਚ ਦਾਂਗੇ ਜੇ ਨਿਊਜ਼ ਚੈਨਲ ਜਾਂ ਆਪਣਾ ਸਿੱਖ ਪ੍ਰਚਾਰ ਪ੍ਰਸਾਰ ਲਈ ਕੋਈ ਚੈਨਲ ਲਿਆਂਦਾ ਜਾਵੇ ਪਰ ਕਾਰਨ ਕੀ ਸੀ ਕਿ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦਾ ਚੈਨਲ ਆ ਚੜ੍ਹਦੀ PTC ਉਹਨੂੰ ਪ੍ਰਮੋਟ ਕਰਨਾ ਹੁਣ ਫਿਰ ਟੈਂਡਰ ਮੰਗੇ ਗਏ ਆ ਔਰ ਦੇਖਿਓ ਟੈਂਡਰ ਜਾਂਦਾ ਕਿਹਨੂੰ ਆ ਹੋਣਾ ਤਾਂ ਉਹ ਆ ਨਾ ਜੋ ਪਿੱਛੇ ਬੈਠ ਕੇ ਪ੍ਰਧਾਨ ਕਰ ਰਿਹਾ ਨਵਜੋਤ ਜੀ ਜਿੰਨਾ ਚਿਰ ਅਸੀਂ ਧਰਮ ਦਾ ਕੁੰਡਾ ਸਿਆਸਤ ਦੇ ਉੱਤੇ ਨਹੀਂ ਕਰਦੇ ਉਨਾ ਚਿਰ ਇਹੋ ਕੁਝ ਹੀ ਹੁੰਦਾ ਰਹੇਗਾ ਜਿੰਨਾ ਚਿਰ ਅਸੀਂ ਧਰਮ ਤੋਂ ਓਟ ਆਸਰਾ ਲੈ ਕੇ ਸਿਆਸਤ ਕਰਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੀਰ ਮੁਹੰਮਦ ਸਾਹਿਬ ਕਹਿ ਰਹੇ ਸੀ ਕਿ ਪ੍ਰਧਾਨ ਅੱਗੇ ਵੀ ਕਰਦਾ ਰਿਹਾ ਰੌਲਾ ਤਾਂ ਇਸੇ ਗੱਲ ਦਾ ਕਿ ਪ੍ਰਧਾਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲ ਲਈ ਸ਼੍ਰੋਮਣੀ ਅਕਾਲੀ ਦਲ ਵਲੰਟੀਅਰ ਜਮਾਤ ਬਣਿਆ ਸੀ ਨਾ ਕਿ ਹੁਕਮ ਚਲਾਉਣ ਲਈ ਹੁਣ ਹੁਕਮ ਚੱਲ ਰਿਹਾ ਲਿਫਾਫੇ ਚੋਂ ਪ੍ਰਧਾਨ ਨਿਕਲਦਾ ਹੈ ਔਰ ਜੋ ਕਿਹਾ ਜਾਂਦਾ ਇਹ ਉਹੋ ਹੀ ਹੁੰਦਾ ਹੈ ਸੋਢੀ ਸਾਹਿਬ ਮੈਂ ਅਖੀਰ ਚ ਇੱਕ ਗੱਲ ਪੁੱਛਣੀ ਚਾਹੁੰਦਾ ਗੱਲ ਇਹ ਆ ਕਿ ਜਿਹੜੀਆਂ ਗੱਲਾਂ ਤੁਸੀਂ ਕਿਹਾ ਕਿ ਅਸਤੀਫਾ ਦਿੱਤਾ ਨਹੀਂ ਲਿਆ ਗਿਆ ਜੇ ਜਥੇਦਾਰ ਸਾਹਿਬ ਨੇ ਆਪ ਆ ਕੇ ਇਸ ਗੱਲ ਦਾ ਜ਼ਿਕਰ ਕਰਤਾ ਕਿ ਮੈਂ ਆਪਣੀ ਸਵੈ ਇੱਛਾ ਨਾਲ ਦਿੱਤਾ ਉਹ ਤਾਂ ਕਹੇਗਾ ਹੀ ਵਿਚਾਰਾ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਮੰਨਿਆ ਜਾਂਦਾ ਉਹਨਾਂ ਨੂੰ ਉਹਨੂੰ ਦਮਦਮਾ ਸਾਹਿਬ ਬੈਠੇ ਆ ਉਹਨਾਂ ਨੂੰ ਤਾਂ ਜੋ ਕਿਹਾ ਜਾਏਗਾ ਜੋ ਸ਼੍ਰੋਮਣੀ ਕਮੇਟੀ ਜੋ ਐਗਜ਼ੈਕਟਿਵ ਕਹੇਗੀ ਜਾਂ ਜੋ ਉੱਤੋਂ ਸੁਖਬੀਰ ਬਾਦਲ ਕਹੇਗਾ ਉਹ ਤਾਂ ਕਹਿਣਗੇ ਮਜਬੂਰੀ ਵਾਸ ਕਹਿਣਾ ਪਏਗਾ ਉਹਨਾਂ ਨੂੰ ਨਹੀਂ ਤਾਂ ਉਹਨਾਂ ਦੀ ਦਮਦਮਾ ਸਾਹਿਬ ਤੋਂ ਵੀ ਛੁੱਟੀ ਕਰ ਦਿੱਤੀ ਜਾਏਗੀ ਤੁਸੀਂ ਦੇਖੋ ਨਾ ਕਿ ਉਹਨਾਂ ਨੂੰ ਸਰਵਉੱਚ ਅਦਾਲਤ ਤੋਂ ਲਿਆ ਕੇ ਕਿਸੇ ਨੂੰ ਤੁਸੀਂ ਥਲੜੀ ਕੋਰਟ ਚ ਭੇਜ ਦਿਓ ਕਿ ਤੂੰ ਹੁਣ ਇੱਥੋਂ ਦਾ ਹੀ ਰਹਿ ਤੇ ਉਹ ਕਿੰਨੀ ਉਹਨਾਂ ਲਈ ਕਿੰਨੀ ਨਮੋਸ਼ੀ ਵਾਲੀ ਗੱਲ ਹੋਏਗੀ ਸ਼੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਅਦਾਲਤ ਹੈ ਤਖ਼ਤ ਸਾਹਿਬ ਸਾਰੇ ਸਤਿਕਾਰਯੋਗ ਹੈ ਮੈਂ ਨਹੀਂ ਕਹਿੰਦਾ ਘੱਟ ਵੱਧ ਹੈ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਸਰਵਉੱਚ ਅਦਾਲਤ ਤੁਹਾਡਾ ਸਿਆਸੀ ਤਜਰਬਾ ਕੀ ਕਹਿੰਦਾ ਤੁਹਾਡਾ ਧਾਰਮਿਕ ਫਿਰਕਿਆਂ ਦੇ ਵਿੱਚ ਕੀ ਤਜਰਬਾ ਕਹਿੰਦਾ ਹੈ ਕਿ ਹੁਣ ਜਥੇਦਾਰ ਸਾਹਿਬ ਦਮਦਮਾ ਸਾਹਿਬ ਦੀ ਜਿਹੜੀ ਆਪਣਾ ਫਰਜ਼ ਹੈ ਉਹ ਅਦਾ ਕਰਦੇ ਰਹਿਣਗੇ ਜਾਂ ਉੱਥੋਂ ਵੀ ਰੁਖਸਤ ਹੋਣਗੇ ਇਹ ਤਾਂ ਦੇਖੋ ਜਿਸ ਤਰ੍ਹਾਂ ਕੀਤਾ ਜਾ ਰਿਹਾ ਮੇਰਾ ਖਿਆਲ ਤਾਂ ਉਹਨਾਂ ਨੂੰ ਛੱਡ ਦੇਣਾ ਮੈਂ ਤਾਂ ਉਹਨਾਂ ਨੂੰ ਬਹੁਤ ਦੇਰ ਪਹਿਲਾਂ ਵੀ ਸਲਾਹ ਦਿੱਤੀ ਸੀ ਕਿ ਜਥੇਦਾਰ ਨੂੰ ਥੋੜੇ ਬਹੁਤ ਦਿਨ ਪਹਿਲਾਂ ਹੀ ਛੱਡ ਦੇਣਾ ਚਾਹੀਦਾ ਸੀ ਬਹੁਤ ਦੇਰ ਦੀਆਂ ਗੱਲਾਂ ਚੱਲ ਰਹੀਆਂ ਸੀ ਪਰ ਮੈਂ ਤੁਹਾਨੂੰ ਜਿਹੜਾ ਦੱਸਿਆ ਕਿ ਅੰਦਰ ਖਾਤੇ ਗਿਆਨੀ ਰਘਵੀਰ ਸਿੰਘ ਮੰਨ ਨਹੀਂ ਸੀ ਰਹੇ ਜਥੇਦਾਰੀ ਲਈ ਇਸੇ ਕਰਕੇ ਹੀ ਲਟਕਿਆ ਫੈਸਲਾ ਨਹੀਂ ਇਹ ਬਹੁਤ ਦੇਰ ਪਹਿਲਾਂ ਵਾਪਰ ਜਾਣਾ ਸੀ ਭਾਣਾ ਕਿਉਂਕਿ ਗੱਲ ਉਹੀ ਫਿਰ ਆ ਜਾਂਦੀ ਕਿ ਜਿੰਨਾ ਚਿਰ ਜੋ ਸੁਖਬੀਰ ਦਾ ਜੈਸਮੈਨ ਰਹੇਗਾ ਉਹਨੂੰ ਹੀ ਬਣਾਇਆ ਜਾਏਗਾ ਤੇ ਉਹ ਜਿਵੇਂ ਦਾਦੂਵਾਲ ਸਾਹਿਬ ਨੇ ਕਿਹਾ ਵੀ ਗਿਣਤੀ ਉੱਥੇ ਵੀ ਬਹੁਤ ਹੈ ਪਰ ਇਹ ਡਰਦੇ ਆ ਕਿਤੇ ਨਾ ਕਿਤੇ ਕੁਛ ਹੋ ਜਾਏ ਐਸੇ ਲੋਕਾਂ ਦੀ ਗਿਣਤੀ ਵੀ ਬਹੁਤ ਆ ਜਿਹੜੇ ਉਹ ਜੋ ਜਿੱਦਾਂ ਦਾ ਇਹ ਸਿਸਟਮ ਚਲਾਉਣਾ ਚਾਹੁੰਦੇ ਉਦਾਂ ਦੇ ਚੱਲਣ ਵਾਲੇ ਲੋਕ ਹੈਗੇ ਆ ਔਰ ਮੈਂ ਪੀਰ ਮੁਹੰਮਦ ਸਾਹਿਬ ਨੂੰ ਵੀ ਇਹੀ ਤਾਂ ਹੀ ਸਵਾਲ ਕੀਤਾ ਸੀ ਕਿ ਜਿੱਦਣ ਉਦਣ ਵੀ ਤਾਂ ਇਹੀ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਵਿਦਾਂਤੀ ਨੂੰ ਲਾਇਆ ਸੀ ਤੇ ਅਸੀਂ ਉਹਨਾਂ ਨੂੰ ਚੰਡੀਗੜ੍ਹ ਬੁਲਾ ਕੇ ਆਪਣੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਦਫ਼ਤਰ 'ਚ ਉਹਨਾਂ ਨੂੰ ਗੁਲਦਸਤਾ ਦਿੱਤਾ ਉਹਨਾਂ ਨੂੰ ਸਨਮਾਨ ਕੀਤਾ ਕਿ ਜਥੇਦਾਰ ਜੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਪਰ ਅੱਜ ਉਹ ਕਰਨੈਲ ਸਿੰਘ ਪੀਰ ਮੁਹੰਮਦ ਦੀ ਵੀ ਮਜਬੂਰੀ ਬਣ ਗਈ ਕਿਉਂਕਿ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਿਯੁਕਤ ਕੀਤੇ ਹੋਏ ਬੁਲਾਰੇ ਆ ਠੀਕ ਠੀਕ ਹੈ ਤੁਸੀਂ ਸਮਾਂ ਕਰ ਅਸੀਂ ਆਪ ਜੀ 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 ਜਿੰਨਾ ਚਿਰ ਅਸੀਂ ਆਪਣਾ ਜਿਹੜਾ ਫਾਇਦੇ ਛੱਡ ਕੇ ਪੰਥ ਦੀ ਗੱਲ ਨਹੀਂ ਕਰਾਂਗੇ ਉਹਨਾਂ ਚਿਰ ਇਹ ਕੁਛ ਹੀ ਹੁੰਦਾ ਰਹੇਗਾ ਬਾਕੀ ਆਪਾਂ ਅਰਦਾਸ ਹੀ ਕਰ ਸਕਦੇ ਹਾਂ ਤੇ ਪੰਥ ਨੂੰ ਅਪੀਲ ਕਰ ਸਕਦੇ ਹਾਂ ਕਿ ਹੁਣ ਥੋੜੀ ਆਸ ਬਚੀ ਆ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਜਾਣ ਤਾਂ ਉਦੋਂ ਸਾਰਿਆਂ ਨੂੰ ਇਹੋ ਹੀ ਅਪੀਲ ਅਸੀਂ ਨੌਜਵਾਨਾਂ ਵੱਲੋਂ ਇੱਕ ਲਹਿਰ ਵੀ ਪੈਦਾ ਕਰ ਰਹੇ ਹਾਂ ਹਲਕੇ ਦੇ ਵਿੱਚ ਜਾ ਕੇ ਅੱਜ ਵੀ ਦਾਸ ਬਠਿੰਡੇ ਹਲਕੇ ਚ ਆਇਆ ਹੋਇਆ ਕਿ ਉੱਥੋਂ ਗੁਰਸਿੱਖ ਉਮੀਦਵਾਰ ਲੱਭੇ ਜਾਣ ਔਰ ਪੰਥ ਨੂੰ ਕਿਹਾ ਜਾਵੇ ਕਿ ਜੋ ਸਿਆਸਤ ਨਾਲ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸਿਆਸਤ ਵਿੱਚ ਉਹਨਾਂ ਨੂੰ ਕੋਈ ਅਹੁਦਾ ਨਾ ਲੈਣਾ ਚਾਹੁੰਦੇ ਹੋਣ
ਇਹੋ ਜਿਹੇ ਉਮੀਦਵਾਰ ਜਦੋਂ ਜਿਹੜੇ ਪੰਥ ਦਰਦ ਰੱਖਣ ਵਾਲੇ ਆ ਪੰਥਕ ਦਾ ਉਹ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਾਡੇ ਨੁਮਾਇੰਦੇ ਚੁਣੇ ਜਾਣਗੇ ਤਾਂ ਹੀ ਸਾਡਾ ਜਿਹੜਾ ਪੰਥ ਅਤੇ ਪੰਜਾਬ ਦਾ ਜਿਹੜਾ ਭਲਾ ਹੋ ਸਕਦਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਂ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਦੀ ਤੇ ਪੀਰ ਮੁਹੰਮਦ ਸਾਹਿਬ ਕਹਿ ਰਹੇ ਕਿ ਪ੍ਰਧਾਨ ਪਹਿਲਾਂ ਵੀ ਕਰਦਾ ਸੀ ਪੁੱਤ ਦਾ ਕੀ ਮਤਲਬ ਹੈ ਪੁੱਤ ਦਾ ਜਿਹੜਾ ਪੁੱਤ ਦੇ ਅਹੁਦੇ ਤੇ ਬੈਠਾ ਉਹ ਕਿਵੇਂ ਕਰ ਸਕਦਾ ਤੇ ਜਦੋਂ ਬੇਅਦਬੀਆਂ ਇੰਨਾ ਕੁਛ ਵਾਪਰਿਆ 92 ਲੱਖ ਰੁਪਇਆ ਖਰਚ ਕਰ ਦਿੱਤਾ ਇਸ਼ਤਿਹਾਰਾਂ ਤੇ ਸਾਧ ਨੂੰ ਠੀਕ ਕਰਨ ਲਈ ਤੇ ਜਿਨ੍ਹਾਂ ਨੇ ਰਾਖੀ ਕਰਨੀ ਸੀ ਵਲੰਟੀਅਰ ਜਮਾਤ ਸੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਦੋਂ ਉਹਨਾਂ ਨੇ ਦੇਖੋ ਬੇਅਦਬੀਆਂ ਖੁਦ ਕਰਵਾਉਣ ਦੇ ਉਹਨਾਂ ਤੇ ਦੋਸ਼ ਲੱਗੇ ਉਹਨਾਂ ਨੂੰ ਮਾਫ਼ ਕੀਤਾ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਹੁਣ ਸਿੰਘ ਸ਼ਹੀਦ ਕਰ ਦਿੱਤੇ ਗਏ ਹੁਣ ਤਾਂ ਉਦੋਂ ਫਿਰ ਰੱਬ ਹੀ ਰਾਖਾ ਉਸ ਕੌਮ ਦਾ ਕੀ ਹੋ ਸਕਦਾ ਹੈ ਨਹੀਂ ਕਹਿਣ ਤੋਂ ਭਾਵ ਗੱਲ ਠੀਕ ਹੈ ਵੀ ਸਾਨੂੰ ਆਪਣੇ ਘਰ ਦੀ ਨਹੀਂ ਕੌਮ ਦੇ ਘਰ ਦੀ ਫਿਕਰ ਕਰਨੀ ਚਾਹੀਦੀ ਹੈ ਕੌਮ ਦੇ ਘਰ ਦੀ ਗੱਲ ਕਰਕੇ ਜਿਹੜੀ ਹੈ ਉਸ ਜੰਗ ਦੇ ਵਿੱਚ ਕੁੱਦਣਾ ਚਾਹੀਦਾ ਤੁਸੀਂ ਆਏ ਸਮਾਂ ਕੱਢਿਆ ਆਪਣੇ ਮਫਾਦ ਪਾਸੇ ਛੱਡਣੇ ਪੈਣਗੇ ਜੇ ਅਸੀਂ ਕੌਮ ਦੀ ਗੱਲ ਕਰਨੀ ਚਾਹੁੰਦੇ ਹਾਂ ਪੰਜਾਬ ਤੇ ਪੰਥ ਦਾ ਭਲਾ ਹੋਏਗਾ ਹੋਣਾ ਚਾਹੀਦਾ ਤੇ ਹੋਵੇ ਤਾਂ ਫਿਰ ਸਾਨੂੰ ਆਪਣੀਆਂ ਅਹੁਦੇਦਾਰੀਆਂ ਆਪਣੀਆਂ ਲਾਲਸਾਵਾਂ ਛੱਡ ਕੇ ਮੈਦਾਨ ਦੇ ਵਿੱਚ ਜੂਝਣਾ ਪਏਗਾ ਜਿਵੇਂ ਸਾਡੇ ਪੁਰਾਣੇ ਬਜ਼ੁਰਗ ਕਰਦੇ ਸੀ ਜੀ ਜੀ ਧੰਨਵਾਦ ਸੋਢੀ ਸਾਹਿਬ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਸ਼ੁਕਰੀਆ ਤੁਹਾਡਾ ਸੋ ਜਥੇਦਾਰ ਸਾਹਿਬ ਨੇ ਅਸਤੀਫਾ ਦੇ ਦਿੱਤਾ ਜਾਂ ਲਿਆ ਗਿਆ ਇੱਕ ਵੱਡਾ ਸਵਾਲ ਸੀ ਜਿਹੜਾ ਕਿ ਚਰਚਾ ਦੇ ਵਿੱਚ ਤਕਰੀਬਨ ਆਗੂਆਂ ਨੇ ਕਿਹਾ ਗਿਆ ਕਿ ਤੁਸੀਂ ਦੇਖ ਲਿਓ ਕੁਝ ਸਮੇਂ 'ਚ ਇਹ ਖੁਲਾਸਾ ਹੋ ਜਾਏਗਾ ਕਿ ਅਸਤੀਫਾ ਲੈ ਲਿਆ ਗਿਆ ਹੈ ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ ਉਦੋਂ ਤੱਕ ਨਵਜੋਤ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ